हेलो गाइस, दिस इज करमवीर मान एज एन हेल्थ ट्यूटर। अज दी राजेस अपनी वीडियो दा टॉपिक है, जो अपनी वीडियो दा कंसेप्ट है वो अपना आईएलटीएस राइटिंग टास्क 2। टास्क 2 की हुंदा बच्चे, जिदे विच आपां नूं एक स्टेटमेंट गिवन हुंदी है। टास्क 2 बेसिकली 5 तों 6 टाइप्स दा हुंदागा। एग्री डिसएग्री आ जांदा, सॉल्यूशन प्रॉब्लम वाला, जो भी अपने टास्क 2 टाइप्स ने। अज दी अपनी इस वीडियो दे विच आपां देखांगे कि टास्क 2 नूं किस तरह आपां राइट डाउन करना, किस तरह की पॉइंट्स आपां माइंड दे विच रखने, की कंसैप्ट आपां अपने माइंड दे विच रखना, जिदे करके कि अपना बैंड स्कोर आ जिहड़ा उह अप हो सके। बहुत सारे ट्रिप्स ने राजे, बहुत सारियां ट्रिक्स ने। वीडियो दे विच आपां तुहानूं सारा कुछ दसांगे, सारा कुछ तुहानूं मैं स्टैप बाय स्टैप समझाऊंगा, प्लस तुहानूं उहदी इक सैंपल आंसर है जो राइटिंग टास्क 2 दा, तुहानूं सैंपल आंसर दे विच उह अप्लाई करके दिखावांगे चीज़ां कि किस तरह आपां टास्क 2 दे विच जिहड़े बेसिक जे पॉइंट्स ने उहनां नूं माइंड दे विच रख सकदे हां, उहनां नूं बना सकदे हांगे। हुण टास्क 2 दे विच की यूज हुंदा हुंदा, चार टाइप्स हुंदियां ने अपने। इंट्रोडक्शन होगी, बॉडी पैराग्राफ 1, बॉडी पैराग्राफ 2 एंड देन कंक्लूजन। ये चार चीजें हुंदियां जिहड़ियां आपां, बॉडी पैराग्राफ हो गया, बॉडी पैराग्राफ 2, इंट्रोडक्शन, कंक्लूजन, ये चार चीजें ने जिहड़ियां आपां माइंड दे विच रख के चलनियां हुंदियां ने ड्यूरिंग अ टास्क 2। हुण टास्क 2 दे लई टाइमिंग किन्नी हुंदी है? बच्चे कहिंदे ने सर साथों टाइम कंप्लीट नहीं हुंदा, साथों राइट डाउन नहीं कीता जांदा। टास्क 2 दे लई बच्चे अपने कोल हुंदे नेगे 40 मिनट्स। 40 मिनट्स ਦੇ ਵਿੱਚ ਆਪਾਂ ਉਹਨਾਂ ਨੂੰ ਰਾਈਟ ਡਾਊਨ ਵੀ ਕਰਨਾ, ਆਪਾਂ ਆਪਣੇ ਆਈਡੀਆਜ਼ ਵੀ ਸੋਚਣੇ ਨੇਗੇ, ਪ੍ਰੋਪਰ ਉਹਨੂੰ ਆਪਾਂ ਇੱਕ ਵਾਈਂਡ ਅਪ ਕਰਕੇ ਦੇਖਣਾ ਵੀ ਆ, ਪ੍ਰੂਫ ਰੀਡਿੰਗ ਵੀ ਕਰਨੀ ਹੈ ਕਿ ਕਿਸ ਤਰ੍ਹਾਂ ਟਾਸਕ 2 ਨੂੰ 40 ਮਿੰਟਸ ਵਿੱਚ ਆਪਾਂ ਕੰਪਲੀਟ ਕਰ ਸਕਦੇ ਹਾਂ। ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪ੍ਰੋਪਰਲੀ ਗਾਈਡ ਕਰੂੰਗਾ। ਹੁਣ ਬਹੁਤ ਸਾਰੇ ਬੱਚੇ ਕਹਿੰਦੇ ਸਾਨੂੰ ਆਈਡੀਆਜ਼ ਥਿੰਕਿੰਗ, ਆਈਡੀਆਜ਼ 'ਚ ਦਿੱਕਤ ਆਉਂਦੀ ਆ, ਸਾਨੂੰ ਲਿਖਣ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ। ਬੱਚੇ ਫਸਟ ਆਫ ਆਲ ਟਾਈਮ ਮੈਨੇਜ ਕਰਨਾ ਸਿੱਖੋ। ਟਾਈਮ ਮੈਨੇਜ ਕਰਨ ਨੂੰ ਮੀਨਿੰਗ ਕੀ ਆ? ਆਪਣੇ ਕੋਲ 40 ਮਿੰਟਸ ਨੇ, 40 ਮਿੰਟਸ ਦੇ ਵਿੱਚੋਂ 35 ਮਿੰਟਸ ਰੱਖੋ ਰਾਜੇ ਤੁਸੀਂ ਆਪਣੇ ਰਾਈਟ ਡਾਊਨ ਵਾਸਤੇ। ਜਿਹੜੇ 5 ਮਿੰਟਸ ਆਪਣੇ ਆਪਾਂ ਐਕਸਟਰਾ ਕੱਢੇ ਨੇ, 5 ਮਿੰਟਸ ਉਹ ਕਾਹਦੇ ਵਾਸਤੇ ਰੱਖਣੇ ਨੇ? ਆਪਣਾ ਫੋਰ ਪਲੈਨਿੰਗ, ਆਈਡੀਆਜ਼ ਦੀ ਪਲੈਨਿੰਗ ਦੇ ਲਈ, ਇੰਟਰੋਡਕਸ਼ਨ ਦੀ ਪਲੈਨਿੰਗ ਦੇ ਲਈ ਉਹ 5 ਮਿੰਟਸ ਆ ਜਿਹੜੇ ਅਲੱਗ ਰੱਖ ਲਓ। ਇਹ ਵੀਡੀਓ ਦੇ ਵਿੱਚ ਰਾਜੇ ਤੁਹਾਨੂੰ ਮੈਂ ਪ੍ਰੋਪਰਲੀ ਸਾਰਾ ਕੁਝ ਸਮਝਾਉਂਗਾ, ਪ੍ਰੋਪਰਲੀ ਤੁਹਾਨੂੰ ਜਿਹੜੀਆਂ ਜਿਹੜੀਆਂ ਚੀਜ਼ਾਂ ਯੂਜ਼ ਹੋ ਸਕਦੀਆਂ, ਕਿਹੜੇ ਕਨੈਕਟਰਸ ਯੂਜ਼ ਹੋ ਸਕਦੇ ਆ, ਕਿਸ ਤਰ੍ਹਾਂ ਆਪਾਂ ਇੰਟਰੋ ਨੂੰ ਸਟਾਰਟ ਕਰ ਸਕਦੇ ਆ, ਕਿਸ ਤਰ੍ਹਾਂ BP1 BP2 ਸਟਾਰਟ ਕਰਨਾ, ਜੇ ਕੋਈ ਕੌਂਟਰਾਡਿਕਟ ਕਰਦੇ ਆ ਵਿਊ ਐਗਰੀ ਡਿਸਐਗਰੀ ਦੇ ਵਿੱਚ, ਉਸ ਤਰ੍ਹਾਂ ਉਹਨੂੰ ਕਿਸ ਤਰ੍ਹਾਂ ਸਟਾਰਟ ਕਰਨਾਗਾ, ਕਨਕਲੂਜਨ ਕਿਸ ਤਰ੍ਹਾਂ ਲਿਖਣਾ, ਕਿਹੜੇ ਆਪਾਂ ਕਨੈਕਟਰਸ ਯੂਜ਼ ਕਰ ਸਕਦੇ ਹਾਂਗੇ। ਸੋ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਦੱਸੂਗਾ, ਪ੍ਰੋਪਰਲੀ ਵੀਡੀਓ ਧਿਆਨ ਨਾਲ ਦੇਖਣੀ ਹੈ ਰਾਜੇ, ਸਾਰਾ ਕੁਝ ਤੁਹਾਨੂੰ ਟਾਸਕ 2 ਦਾ ਟੋਟਲ ਕਨਸੈਪਟ ਹੈ ਜਿਹੜਾ ਮੈਂ ਇੱਕ ਵੀਡੀਓ ਦੇ ਵਿੱਚ ਅੱਜ ਕਲੀਅਰ ਕਰੂੰਗਾ। ਸੋ ਵੀਡੀਓ ਵੱਲ ਚੱਲਦੇ ਹਾਂ। ਟਾਸਕ 2 ਦੇ ਸਟਰਕਚਰ ਦੀ ਗੱਲ ਸੀਗੀ, ਸਟਰਕਚਰ ਦੇ ਵਿੱਚ ਮੈਂ ਤੁਹਾਨੂੰ ਕੀ ਚਾਰ ਚੀਜ਼ਾਂ ਮੈਂਸ਼ਨ ਕੀਤੀਆਂ ਸੀਗੀਆਂ, ਚਾਰ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਕੀ ਦੱਸੀਆਂ। ਫਸਟ ਆਪਣਾ ਕੀ ਸੀਗਾ ਰਾਜੇ? ਇੰਟਰੋਡਕਸ਼ਨ ਪਾਰਟ ਸੀਗਾ। ਇੰਟਰੋਡਕਸ਼ਨ ਦੇ ਵਿੱਚ ਕੀ ਹੋਊਗਾ? ਜਿਹੜੀ ਆਪਾਂ ਨੂੰ ਸਟੇਟਮੈਂਟ ਦਿੱਤੀ ਹੁੰਦੀ ਆ, ਆਪਾਂ ਨੂੰ ਰੀਫਰੇਸ ਕਰ ਦਿਆਂਗੇ, ਉਹਨੂੰ ਦੁਬਾਰਾ ਆਪਣੇ ਵਰਡਸ ਦੇ ਵਿੱਚ ਸਿਨੋਨੀਮਸ ਯੂਜ਼ ਕਰਕੇ ਆਪਾਂ ਲਿਖਦੇ ਹਾਂ। ਨੈਕਸਟ ਆਪਣਾ ਕੀ ਹੁੰਦਾ ਰਾਜੇ? ਬੋਡੀ ਪੈਰਾਗ੍ਰਾਫ 2, ਬੋਡੀ ਪੈਰਾਗ੍ਰਾਫ 1, ਸੌਰੀ, ਬੋਡੀ ਪੈਰਾਗ੍ਰਾਫ 1 ਤੋਂ ਆਪਾਂ ਨੂੰ ਕੀ ਸਮਝਦੇ ਹਾਂ ਰਾਜੇ? ਜਿੱਥੇ ਕਿ ਆਪਾਂ ਆਪਣਾ ਪਹਿਲਾ ਵਿਊ ਪੁਆਇੰਟ, ਆਪਣੇ ਰੀਜ਼ਨ, ਆਪਣੇ ਸੋਲੂਸ਼ਨ, ਜੋ ਵੀ ਆਪਾਂ ਲਿਖਦੇ ਹਾਂ। ਦੈਨ ਆ ਜਾਂਦਾ ਥਰਡ ਪਾਰਟ, ਇਜ਼ ਬੋਡੀ ਪੈਰਾਗ੍ਰਾਫ 2। ਬੋਡੀ ਪੈਰਾਗ੍ਰਾਫ 2 ਦੇ ਵਿੱਚ ਵੀ ਜੇ ਆਪਾਂ ਫਸਟ ਦੇ ਵਿੱਚ ਐਗਰੀ ਹੁੰਦੇ ਹਾਂ, ਸੈਕੰਡ ਦੇ ਵਿੱਚ ਡਿਸਐਗਰੀ ਦੇ ਪੁਆਇੰਟ ਲਿਖਦੇ ਹਾਂ, ਉਹਦੇ ਕੌਂਟਰਾਡਿਕਟ ਕਰਦੇ ਹਾਂ, ਕਿਉਂਕਿ ਆਪਾਂ ਨੂੰ ਪ੍ਰੋਬਲਮ ਸੋਲਵਿੰਗ ਉਹਨਾਂ ਦਾ, ਉਹਦੇ ਵਿੱਚ ਪ੍ਰੋਬਲਮਸ ਐਂਡ ਦੈਨ ਸੈਕੰਡ ਪੈਸੇ ਦੇ ਵਿੱਚ ਆਪਣੇ ਸੋਲੂਸ਼ਨਸ। ਦੈਨ ਥਰਡ ਕੀ ਹੁੰਦਾ ਰਾਜੇ? ਫੋਰਥ ਤੇ ਆਪਣਾ ਆ ਗਿਆ ਕੰਕਲੂਜਨ, ਕਿ ਆਪਾਂ ਕੰਕਲੂਜਨ ਹੈ, ਆਪਾਂ ਰਿਜ਼ਲਟ ਕੀ ਕਰਦੇ ਹਾਂ ਉਸ ਚੀਜ਼ ਦਾ। ਹੁਣ ਦੇਖੋ, ਇੰਟਰੋਡਕਸ਼ਨ ਰਾਈਟ ਕਰਨੀ ਹੈ ਰਾਜੇ। ਇੰਟਰੋਡਕਸ਼ਨ ਲਿਖਣ ਦੇ ਕਿੰਨੇ ਕੁ ਤਰੀਕੇ ਨੇਗੇ? ਇੰਟਰੋਡਕਸ਼ਨ ਆਪਾਂ ਕਿਸ ਕਿਸ ਤਰੀਕੇ ਦੇ ਨਾਲ ਲਿਖ ਸਕਦੇ ਹਾਂਗੇ? ਇੰਟਰੋਡਕਸ਼ਨ ਨੂੰ ਆਪਾਂ ਕੀ ਕਰਾਂਗੇ? ਕਿੰਨੇ ਬੈਂਡ ਦੀ ਹੁੰਦੀ ਹੈਗੀ ਇੰਟਰੋਡਕਸ਼ਨ ਆਪਣੀ? 0.5 ਬੈਂਡ ਦੀ। ਹੁਣ ਇਹਨੂੰ ਲਿਖਣਾ ਕਿਸ ਤਰੀਕੇ ਦੇ ਨਾਲ ਆ ਰਾਜੇ? ਇੰਟਰੋਡਕਸ਼ਨ ਦੇ ਵਿੱਚ ਕੀ ਕੀ ਪੁਆਇੰਟਸ ਆਪਾਂ ਇਨਕਲੂਡ ਕਰਦੇ ਹਾਂ ਉਹ ਦੇਖਦੇ ਹਾਂਗੇ। ਇੰਟਰੋਡਕਸ਼ਨ ਰਾਜੇ ਕਨਕਲੂਡ ਕਰਦੀ ਆਪਣੀ 2 ਪੁਆਇੰਟਸ। 2 ਪੁਆਇੰਟਸ ਕਿਹੜੇ ਕਿਹੜੇ ਹੋਗੇ ਰਾਜੇ? ਫਸਟ ਪੁਆਇੰਟ ਦਾ ਆਪਣਾ ਆ ਜਾਊਗਾ, ਰੀਫਰੇਸ ਕਰਦੇ ਆਪਾਂ ਸਟੇਟਮੈਂਟ ਨੂੰ। ਰੀਫਰੇਸ ਕਰਨ ਦੇ ਨਾਲ ਨਾਲ ਰਾਜੇ ਆਪਾਂ ਲਿਖਦੇ ਹਾਂ ਥੀਸਿਸ ਸਟੇਟਮੈਂਟ। ਰੀਫਰੇਸ ਤੋਂ ਰਾਜੇ ਤੁਸੀਂ ਕੀ ਸਮਝਦੇ ਹੋਗੇ? ਸਟੇਟਮੈਂਟ ਰੀਫਰੇਸ ਕਰਨੀ ਹੈਗੀ। ਰੀਫਰੇਸ ਕਰਨਾ ਵੀ ਆਪਣੇ ਵਰਡਸ ਯੂਜ਼ ਕਰਨੇ, ਸਿਨੋਨਿਮ ਯੂਜ਼ ਕਰਕੇ ਆਪਾਂ ਜਿਹੜੀਆਂ ਲਾਈਨਸ ਲਿਖਦੇ ਆਂਗੇ ਉਹਨੂੰ ਆਪਾਂ ਕਹਿ ਦਿੰਦੇ ਆ ਇੰਟਰੋਡਕਸ਼ਨ ਨੂੰ ਰੀਫਰੇਸ ਕਰਨਾ। ਦੈਨ ਆਪਣੀ ਥੀਸਿਸ ਸਟੇਟਮੈਂਟ, ਥੀਸਿਸ ਸਟੇਟਮੈਂਟ ਕੀ ਹੁੰਦੀ ਹੈ ਰਾਜੇ? ਜਿਹੜਾ ਆਪਾਂ ਆਪਣਾ ਵਿਊ ਦਿੰਦੇ ਆਂਗੇ ਉਹ ਆ ਗਿਆ ਆਪਣਾ ਥੀਸਿਸ ਸਟੇਟਮੈਂਟ ਦੇ ਵਿੱਚ। ਰੀਫਰੇਸ ਦੇ ਵਿੱਚ ਆਪਣਾ ਕੀ ਕਰਦੇ ਆ ਰਾਜੇ? ਜਿੱਥੇ ਆਪਾਂ ਸਿਨੋਨਿਮ ਯੂਜ਼ ਕਰਦੇ ਆਂਗੇ ਉਹ ਹੁੰਦੀ ਆ ਰੀਫਰੇਸ ਕਰਨਾ, ਪਲੱਸ ਆਪਾਂ ਥੀਸਿਸ ਸਟੇਟਮੈਂਟ ਲਿਖਦੇ ਆ ਉਹ ਆਪਣੀ ਇੰਟਰੋਡਕਸ਼ਨ ਦੇ ਵਿੱਚ ਇਨਕਲੂਡ ਹੁੰਦਾਗਾ, ਜਿਹੜੀ ਪ੍ਰੋਪਰ ਆਪਾਂ ਨੂੰ ਬਣਾਉਣੇ ਆਗੇ। ਇੰਟਰੋਡਕਸ਼ਨ ਦੇ ਵਿੱਚ ਪਾਰਟ ਹੀ 2 ਹੁੰਦੇ ਨੇਗੇ, ਇੱਕ ਆਪਾਂ ਰੀਫਰੇਸ ਕਰਦੇ ਹਾਂ, ਇੱਕ ਆਪਾਂ ਥੀਸਿਸ ਸਟੇਟਮੈਂਟ ਲਿਖਦੇ ਆਗੇ, ਇਹੀ 2 ਪਾਰਟਸ ਹੋਣਗੇ। ਹੁਣ ਨੈਕਸਟ ਦਾ ਜੀ ਜਿਹੜਾ ਆਊਗਾ, ਨੈਕਸਟ ਆਪਾਂ ਕੀ ਕਰਾਂਗੇ? ਥੀਸਿਸ ਸਟੇਟਮੈਂਟ ਲਿਖ ਰਹੇ ਹਾਂ, ਆਪਾਂ ਨੂੰ ਰੀਫਰੇਸ ਕਰ ਰਹੇ ਆਗੇ, ਪਲੱਸ ਹੋਰ ਪੁਆਇੰਟਸ ਕੀ ਆਉਂਦੇ ਨੇਗੇ ਵੀ ਆਪਾਂ ਇਹਦੇ ਵਿੱਚ ਸਿਨੋਨਿਮ ਯੂਜ਼ ਕਰ ਲਏ। ਸਿਨੋਨਿਮ ਯੂਜ਼ ਕਰਨ ਦਾ ਮੀਨਿੰਗ ਕੀ ਹੋ ਗਿਆ ਰਾਜੇ? ਵੀ ਆਪਾਂ ਆਪਣੇ ਵਰਡਸ ਦੇ ਵਿੱਚ ਇੰਟਰੋਡਕਸ਼ਨ ਲਿਖੀ।
ਦੈਨ ਉਸ ਤੋਂ ਹੁਣ ਨੈਕਸਟ ਪਾਰਟ ਕੀ ਹੋਊਗਾ ਰਾਜੇ ਦਾ ਨੈਕਸਟ ਪਾਰਟ ਆਪਾਂ ਕਿਹਨੂੰ ਕਹਾਂਗੇ ਰਾਜੇ ਦੇ ਵਿੱਚ ਵੀ ਹਾਊ ਟੂ ਰਾਈਟ ਐਨ ਇੰਟਰੋ ਇੰਟਰੋ ਨੂੰ ਆਪਾਂ ਕਿਸ ਤਰ੍ਹਾਂ ਲਿਖ ਸਕਦੇ ਹਾਂ ਗੇ ਸੋ ਉਹਦੇ ਸਿਕਸ ਵੇਜ਼ ਆ ਰਾਜੇ ਜਿਹੜੇ ਮੇਰੇ ਵੀਡੀਓ ਦੇ ਵਿੱਚ ਮੈਂਸ਼ਨ ਕੀਤੇ ਆ ਫਸਟ ਵੇ ਦੇਖੋ ਕੋਈ ਵੀ ਆਪਾਂ ਨੂੰ ਸਟੇਟਮੈਂਟ ਆਉਂਦੀ ਆਪਾਂ ਨੂੰ ਕਿਵੇਂ ਸ਼ੁਰੂ ਕਰ ਸਕਦੇ ਹਾਂ ਕਿ ਇਟ ਇਜ਼ ਜਨਰਲੀ ਕੰਸੀਡਰਡ ਡੈਟ ਵੀ ਜਨਰਲੀ ਕੰਸੀਡਰ ਕਰਦੇ ਹਾਂ ਡੈਟ ਜਿਹੜਾ ਆਪਣੀ ਇੰਟਰੋਡਕਸ਼ਨ ਵਿੱਚ ਕੁਐਸਚਨ ਹੋਊਗਾ ਇਟ ਇਜ਼ ਜਨਰਲੀ ਕੰਸੀਡਰਡ ਡੈਟ ਸੈਕੰਡ ਵੇ ਕੀ ਆ ਰਾਜੇ ਇਟ ਇਜ਼ ਆਫਨ ਆਰਗਿਊਡ ਡੈਟ ਐਗਰੀ ਡਿਸਐਗਰੀ ਵਾਲਾ ਉਹਦੇ ਉੱਤੇ ਆਪਾਂ ਕਹਿੰਦੇ ਇਟ ਇਜ਼ ਆਫਨ ਆਰਗਿਊਡ ਡੈਟ ਵੀ ਇਹਦੇ ਬਹੁਤ ਜ਼ਿਆਦਾ ਡਿਬੇਟ ਹੁੰਦੀ ਆ ਆਰਗਿਊ ਕੀਤੇ ਜਾਂਦੇ ਆ ਨੈਕਸਟ ਆਪਾਂ ਕੀ ਕਹਿੰਦੇ ਇਟ ਇਜ਼ ਟਰੂ ਡੈਟ ਫੋਰਥ ਪੁਆਇੰਟ ਕੀ ਆ ਰਾਜੇ ਫਿਊ ਆਫ ਦਾ ਪੀਪਲ ਥਿੰਕ ਡੈਟ ਵੀ ਕੁਝ ਕੁ ਲੋਕ ਇਹ ਸੋਚਦੇ ਨੇਗੇ ਨੈਕਸਟ ਕੀ ਆ ਰਾਜੇ ਮੋਸਟ ਆਫ ਦਾ ਪੀਪਲ ਥਿੰਕ ਡੈਟ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਹ ਚੀਜ਼ ਸੋਚਦੇ ਨੇਗੇ ਨੈਕਸਟ ਕੀ ਆਜੂਗਾ ਨੋ ਵਨ ਕੈਨ ਡਿਨਾਈ ਡੈਟ ਵੀ ਇਹਨੂੰ ਕੋਈ ਵੀ ਬੰਦਾ ਜਿਹੜਾ ਅਨਗੋਲਿਆ ਨਹੀਂ ਕਰ ਸਕਦਾ ਇਹਨੂੰ ਇਗਨੋਰ ਨਹੀਂ ਕਰ ਸਕਦਾ ਇਹ ਛੇ ਤਰੀਕੇ ਨੇ ਰਾਜੇ ਆਪਣੇ ਕੋਲ ਇੰਟਰੋਡਕਸ਼ਨ ਨੂੰ ਸ਼ੁਰੂ ਕਰਨ ਦੇ ਇਹ ਆਪਾਂ ਅਲੱਗ ਅਲੱਗ ਟਾਸਕ ਟਾਈਪਸ ਹੁੰਦੀਆਂ ਨੇ ਟਾਸਕ ਟੂ ਦੀਆਂ ਅਲੱਗ ਅਲੱਗ ਡਿਫਰੈਂਟ ਟਾਈਪਸ ਹੁੰਦੀਆਂ ਉਹਦੇ ਅਕੋਰਡਿੰਗਲੀ ਆਪਾਂ ਇਹਨਾਂ ਨੂੰ ਯੂਜ਼ ਕਰਨਾ ਹੁੰਦਾ ਗਾ ਹੁਣ ਆਪਾਂ ਨੈਕਸਟ ਕੀ ਕਰਾਂਗੇ ਰਾਜੇ ਦੇਖੋ ਨੈਕਸਟ ਦੇ ਵਿੱਚ ਆਊਗਾ ਪੈਰਾ ਜਿਹੜਾ ਬਾਡੀ ਪੈਰਾ ਦਾ ਸਟਰਕਚਰ ਹੁੰਦਾ ਗਾ ਬਾਡੀ ਪੈਰਾਗ੍ਰਾਫ 1 ਲਿਖਣਾ ਇੰਟਰੋਡਕਸ਼ਨ ਮੈਂ ਤੁਹਾਨੂੰ ਦੱਸ ਚੁੱਕਿਆ ਦੈਨ ਬਾਡੀ ਪੈਰਾਗ੍ਰਾਫ ਦਾ ਸਟਰਕਚਰ ਕੀ ਹੋਊਗਾ ਰਾਜੇ ਫਸਟ ਨੰਬਰ ਤੇ ਆਪਣੇ ਕੋਲ ਆਉਂਦੀ ਹੈ ਟਾਸਕ ਸਟੇਟਮੈਂਟ ਜਿਹੜੀ ਆਪਾਂ ਟਾਸਕ ਸਟੇਟਮੈਂਟ ਦੇਣੀ ਹੈ ਕਿ ਟਾਸਕ ਸਟੇਟਮੈਂਟ ਕੀ ਚੀਜ਼ ਹੈ ਉਹ ਆਉਂਦੀ ਆ ਨੈਕਸਟ ਆਉਂਦਾ ਜੀ ਐਕਸਪਲੇਨ ਦਾ ਸਟੇਟਮੈਂਟ ਜਿਹੜੀ ਆਪਾਂ ਟਾਸਕ 1 ਦੀ ਸਟੇਟਮੈਂਟ ਲਿਖਣੀ ਆ ਦੈਨ ਆਪਾਂ ਨੂੰ ਐਕਸਪਲੇਨ ਕਰਾਂਗੇ ਦੈਨ ਥਰਡ ਪੁਆਇੰਟ ਕੀ ਹੁੰਦਾ ਰਾਜੇ ਗਿਵ ਐਗਜ਼ਾਮਪਲ ਵੀ ਜਿਹੜੀ ਆਪਾਂ ਐਗਜ਼ਾਮਪਲ ਦੇਣੀ ਆ ਉੱਥੇ ਕੋਈ ਆਪਾਂ ਰੀਅਲ ਲਾਈਫ ਐਗਜ਼ਾਮਪਲ ਉੱਥੇ ਮੈਂਸ਼ਨ ਕਰ ਦੇਵਾਂਗੇ ਫੋਰਥ ਪੁਆਇੰਟ ਕੀ ਹੁੰਦਾ ਰਾਜੇ ਮੈਂਸ਼ਨ ਰਿਜ਼ਲਟ ਔਰ ਇਫੈਕਟ ਵੀ ਜਿੱਥੇ ਆਪਾਂ ਕੋਈ ਰਿਜ਼ਲਟ ਜਾਂ ਕੋਈ ਉਹਦਾ ਇਫੈਕਟ ਮੈਂਸ਼ਨ ਕਰਦੇ ਆ ਆਪਾਂ ਟਾਸਕ ਸਟੇਟਮੈਂਟ ਲਿਖੀ ਟਾਸਕ ਸਟੇਟਮੈਂਟ ਲਿਖਣ ਤੋਂ ਬਾਅਦ ਉਹਨੂੰ ਐਕਸਪਲੇਨ ਕੀਤਾ ਦੈਨ ਉਹਦੀ ਐਗਜ਼ਾਮਪਲ ਦਿੱਤੀ ਤੇ ਉਹਦਾ ਰਿਜ਼ਲਟ ਕੀ ਨਿਕਲਿਆ ਉਹ ਆਪਾਂ ਕਿੱਥੇ ਮੈਂਸ਼ਨ ਕਰਦੇ ਆ ਰਾਜੇ ਉਹ ਮੈਂਸ਼ਨ ਕਰਦੇ ਹੁੰਦੇ ਆਗੇ ਆਪਾਂ ਲਾਸਟ ਦੇ ਵਿੱਚ ਜਿਹੜਾ ਆਪਣਾ ਲਾਸਟ ਪੁਆਇੰਟ ਆਊਗਾ ਉਹਦੇ ਵਿੱਚ ਆਪਾਂ ਕੀ ਕਰਾਂਗੇ ਮੈਂਸ਼ਨ ਦਾ ਰਿਜ਼ਲਟ ਵੀ ਉੱਥੇ ਉਹਨੂੰ ਰਿਜ਼ਲਟ ਨੂੰ ਮੈਂਸ਼ਨ ਕਰਾਂਗੇ ਪਹਿਲਾਂ ਮੇਨ ਪੁਆਇੰਟ ਆਪਣਾ ਕੀ ਹੈਗਾ ਟਾਸਕ ਸਟੇਟਮੈਂਟ 1 ਕਿ ਟਾਸਕ ਸਟੇਟਮੈਂਟ ਹੈ ਜਿਹੜੀ ਆਪਾਂ ਸ਼ੁਰੂ ਕਿਸ ਤਰ੍ਹਾਂ ਕਰਨੀ ਆ ਕੀ ਆਪਾਂ ਬੇਸਿਕ ਪੁਆਇੰਟ ਲੈ ਕੇ ਚੱਲਣੇ ਆ ਉਹਦੇ ਵਿੱਚ ਹੁਣ ਇਹ ਆਪਣਾ ਬਾਡੀ ਪੈਰਾਗ੍ਰਾਫ 1 ਦਾ ਸਟਰਕਚਰ ਹੈ ਇਹ ਚਾਰੋਂ ਚੀਜ਼ਾਂ ਕੰਪਲਸਰੀ ਨੇ ਬਾਡੀ ਪੈਰਾਗ੍ਰਾਫ 1 ਵਾਸਤੇ ਵੀ ਸੇਮ ਆ ਬਾਡੀ ਪੈਰਾਗ੍ਰਾਫ 2 ਵਾਸਤੇ ਵੀ ਸੇਮ ਆ ਬਟ ਇਹਦੇ ਚ ਬਹੁਤ ਸਾਰੇ ਬੱਚੇ ਕਨਫਿਊਜ਼ ਹੁੰਦੇ ਨੇ ਕਿ ਐਗਜ਼ਾਮਪਲ ਆ ਜਿਹੜੀ ਐਗਜ਼ਾਮਪਲ ਅਸੀਂ 2 ਵਾਰ ਨਹੀਂ ਦੇ ਸਕਦੇ ਸਾਨੂੰ ਟੀਚਰ ਕਹਿ ਦਿੰਦੇ ਨੇ ਉਹ ਕੋਈ ਮੈਟਰ ਨਹੀਂ ਕਰਦਾ ਰਾਜੇ ਵੀ ਤੁਸੀਂ ਐਗਜ਼ਾਮਪਲ 1 ਵਾਰ ਦੇ ਰਹੇ ਹੋ 2 ਵਾਰ ਦੇ ਰਹੇ ਹੋ ਐਗਜ਼ਾਮਪਲ 2 ਬਟ ਇੱਕ ਵੈਲਿਡ ਐਗਜ਼ਾਮਪਲ ਹੋਣੀ ਚਾਹੀਦੀ ਹੈ ਇੱਕ ਰੀਅਲ ਲਾਈਫ ਐਗਜ਼ਾਮਪਲ ਆ ਜਿਹੜੀ ਉਹ ਹੋਣੀ ਚਾਹੀਦੀ ਹੈਗੀ ਦੈਨ ਦੇਖੋ ਨੈਕਸਟ ਆਪਾਂ ਕੀ ਕਰਾਂਗੇ ਰਾਜੇ ਹੁਣ ਉਹ ਜੇ ਰਿਜ਼ਲਟ ਮੈਂਸ਼ਨ ਕਰਕੇ ਨੈਕਸਟ ਆਪਾਂ ਕੀ ਕਰਾਂਗੇ ਬੀਪੀ 1 ਨੂੰ ਸਟਾਰਟ ਕਿਸ ਤਰ੍ਹਾਂ ਕਰਨਾਗਾ ਹੁਣ ਦੇਖੋ ਬੀਪੀ 1 ਆਪਾਂ ਸਟਾਰਟ ਕਰਨਾਗਾ ਸਟਾਰਟ ਕਿਵੇਂ ਹੋਊਗਾ ਵੀ ਜਿੱਥੋਂ ਆਪਾਂ ਲਾਈਨਸ ਐਡ ਕਰਨੀ ਹੈ ਵੀ ਟੂ ਇਨੀਸ਼ੀਅਲ ਸਟਾਰਟ ਕਰਨਾ ਇਨ ਦਾ ਇਨੀਸ਼ੀਅਲ ਫਸਟ ਆਫ ਆਲ ਇਹ ਲਾਈਨਾਂ ਨੇ ਰਾਜੇ ਜਿਹੜੀਆਂ ਆਪਾਂ ਮੈਂਸ਼ਨ ਕਰਦੇ ਹਾਂ ਬੀਪੀ 1 ਦੀ ਸਟਾਰਟਿੰਗ ਦੇ ਵਿੱਚ ਟੂ ਬਿਗਿਨ ਵਿਦ ਆਪਾਂ ਯੂਜ਼ ਕਰ ਸਕਦੇ ਹਾਂਗੇ ਦੈਨ ਟੂ ਕਮੈਂਸ ਵਿਦ ਇਹ ਸਾਰੇ 4 ਵੇਜ਼ ਨੇ ਰਾਜੇ ਕਿ ਆਪਣੀ ਰੈਪੀਟੇਸ਼ਨ ਨਾ ਹੋਵੇ ਵਰਡਸ ਦੀ ਕਿਉਂਕਿ ਆਪਣੇ ਕੋਲ 4 ਡਿਫਰੈਂਟ ਵੇਜ਼ ਆ 4 ਤਰੀਕਿਆਂ ਦੇ ਨਾਲ ਆਪਾਂ ਬੀਪੀ 1 ਆ ਜਿਹੜਾ ਉਹਨੂੰ ਸਟਾਰਟ ਕਰ ਸਕਦੇ ਹਾਂਗੇ ਹੁਣ ਬੀਪੀ 1 ਸਟਾਰਟ ਕਰਕੇ ਹੋਊਗਾ ਕੀ ਰਾਜੇ ਨੈਕਸਟ ਆਪਾਂ ਇਹਨਾਂ ਨਾਲ ਸਟਾਰਟ ਕੀਤਾ ਆਪਣੇ ਰੀਜ਼ਨ ਮੈਂਸ਼ਨ ਕਰ ਦਿੰਦੇ ਆਪਾਂ ਵੀ ਕਿਹੜਾ ਕਿਹੜਾ ਰੀਜ਼ਨ ਆ ਕਿਉਂ ਅਸੀਂ ਐਗਰੀ ਕਰਦੇ ਹਾਂ ਕਿਉਂ ਅਸੀਂ ਡਿਸਐਗਰੀ ਕਰ ਦਿਆਂਗੇ ਉਹ ਆਪਾਂ ਇਹਦੇ ਵਿੱਚ ਰੀਜ਼ਨ ਮੈਂਸ਼ਨ ਕਰ ਦਾਂਗੇ ਬਟ ਬੀਪੀ 1 ਸਟਾਰਟ ਕਿਸ ਟਾਈਪ ਨਾਲ ਹੋਊਗਾ ਬੀਪੀ 1 ਸਟਾਰਟ ਰਾਜੇ ਇਹ 4 ਲਾਈਨਾਂ ਨਾਲ ਹੀ ਹੋਊਗਾ ਜਿਹੜੀਆਂ ਮੈਂ ਤੁਹਾਨੂੰ ਦੱਸ ਚੁੱਕਿਆ ਅਲੱਗ ਅਲੱਗ ਵੇਜ਼ ਨੇ ਲਾਈਨ ਨੂੰ ਲਿਖਣ ਦੇ ਇਹ ਲਾਈਨ ਨੂੰ ਬਣਾਉਣ ਦੇ ਅਲੱਗ ਅਲੱਗ ਵੇਜ਼ ਨੇਗੇ ਕਿ ਆਪਾਂ ਟਾਸਕ 1 ਕਿਵੇਂ 4 ਡਿਫਰੈਂਟ ਵੇਜ਼ ਦੇ ਵਿੱਚ ਲਿਖ ਸਕਦੇ ਹਾਂਗੇ ਹੁਣ ਨੈਕਸਟ ਆਪਣਾ ਕੀ ਟੌਪਿਕ ਆਜੂਗਾ ਰਾਜੇ ਇਸ ਤੋਂ ਬਾਅਦ ਬੀਪੀ 1 ਤੋਂ ਬਾਅਦ ਜਿਹੜਾ ਆਪਾਂ ਹਾਊ ਟੂ ਸਟਾਰਟ ਬੀਪੀ 1 ਦੇਖੋ ਟਾਸਕ ਸਟੇਟਮੈਂਟ ਸੀਗੀ ਉਹ ਕਿੱਥੋਂ ਹੋਈ ਕਿੱਥੋਂ ਸਟਾਰਟ ਕਰੀਏ ਆਪਾਂ ਟੂ ਕਮੈਂਸ ਵਿਦ ਟੂ ਇਨੀਸ਼ੀਅਲ ਟੂ ਬਿਗਿਨ ਵਿਦ ਫਸਟ ਆਫ ਆਲ ਇਹ ਸਾਰੀਆਂ ਆਪਾਂ ਯੂਜ਼ ਕਰ ਲਈਆਂ ਦੈਨ ਜਦੋਂ ਆਪਾਂ ਐਕਸਪਲੇਨੇਸ਼ਨ ਦੇਣੀ ਆ ਰਾਜੇ ਐਕਸਪਲੇਨੇਸ਼ਨ ਉਹ ਸਟੇਟਮੈਂਟ ਦੀ ਉੱਥੇ ਜਦੋਂ ਤੁਸੀਂ ਪਹਿਲੀ ਸਟੇਟਮੈਂਟ ਮੈਂਸ਼ਨ ਕਰਤੀ ਉਸ ਤੋਂ ਬਾਅਦ ਕੀ ਕਹੋਗੇ ਇਨ ਅਦਰ ਵਰਡਸ ਉਹਨੂੰ ਐਕਸਪਲੇਨ ਕਰਨ ਦੇ ਲਈ ਟੂ ਐਕਸਪਲੇਨ ਇਟ ਵੀ ਜਿਹੜੀ ਤੁਹਾਡੀ ਟਾਸਕ ਸਟੇਟਮੈਂਟ ਉਹਨੂੰ ਐਕਸਪਲੇਨ ਕਰਨਾ ਟੂ ਇਲੈਬੋਰੇਟ ਇਟ ਉਹਨੂੰ ਮੋਰ ਇਲੈਬੋਰੇਟ ਹੋਰ ਦੱਸਣਾ ਉਹਦੇ ਬਾਰੇ ਟੂ ਐਕਸਪਲੀਕੇਟ ਇਟ ਵੀ ਉਹਨੂੰ ਹੋਰ ਐਕਸਪਲੇਨ ਕਰਨਾ ਡਿਟੇਲ ਦੇ ਵਿੱਚ ਇਹ ਕਨੈਕਟਰਸ ਆ ਰਾਜੇ ਜਿਹੜੇ ਵਾਲੇ ਕਨੈਕਟਰਸ ਨੇਗੇ ਇਹ ਕਿੱਥੇ ਯੂਜ਼ ਕਰਨੇ ਨੇਗੇ ਆਪਾਂ ਜਿੱਥੇ ਆਪਾਂ ਐਕਸਪਲੇਨੇਸ਼ਨ ਦੇਣੀ ਹੈਗੀ ਟਾਸਕ ਦੀ ਇਹ ਉਹ ਜਗ੍ਹਾ ਯੂਜ਼ ਹੋਣਗੇ ਹੁਣ ਇਹਨਾਂ ਦਾ ਅੱਗੇ ਕੀ ਆ ਰਾਜੇ ਦੇਖੋ ਇਹ ਆਪਾਂ ਕਰ ਲਏ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਆਪਣਾ ਇਫੈਕਟ ਵਧੀਆ ਪੈ ਜਾਂਦਾ ਐਗਜ਼ਾਮੀਨਰ ਤੇ ਕਿ ਬੱਚੇ ਕੋਲੇ ਨੌਲੇਜ ਹੈਗੀ ਆ ਬੱਚਾ ਵੋਕੈਬ ਯੂਜ਼ ਕਰ ਰਿਹਾ ਬੱਚਾ ਵਧੀਆ ਕਨੈਕਟਰ ਯੂਜ਼ ਕਰ ਰਿਹਾਗਾ ਬੱਚਾ ਬਹੁਤ ਜ਼ਿਆਦਾ ਵਧੀਆ ਡਿਟੇਲ ਦੇ ਵਿੱਚ ਲਿਖ ਰਿਹਾ
ਹੁਣ ਦੇਖੋ ਨੈਕਸਟ ਪੁਆਇੰਟ ਇਸ ਤੋਂ ਅੱਗੇ ਕੀ ਹੋਊਗਾ ਰਾਜੇ ਕਿ ਜਿਹੜੇ ਆਪਾਂ ਅੱਗੇ ਐਕਸਪਲੇਨੇਸ਼ਨ ਤੋਂ ਬਾਅਦ ਐਗਜ਼ਾਮਪਲ ਮੈਂਸ਼ਨ ਕਰਨੀ ਆ ਐਗਜ਼ਾਮਪਲ ਮੈਂਸ਼ਨ ਕਰਨ ਦੇ ਰਾਜੇ ਡਿਫਰੈਂਟ ਵੇਜ਼ ਨੇ ਆਪਣੇ ਕੋਲ ਐਗਜ਼ਾਮਪਲ ਆਪਾਂ ਕਿਵੇਂ ਲਿਖ ਸਕਦੇ ਹਾਂਗੇ ਉਹਦੇ ਚ ਬੋਲ ਸਕਦੇ ਹਾਂ ਟੂ ਐਗਜ਼ਾਮਪਲੀਫਾਈ ਫਸਟ ਵਰਡ ਕੀ ਹੈਗਾ ਰਾਜੇ ਆਪਣਾ ਟੂ ਐਗਜ਼ਾਮਪਲੀਫਾਈ ਸੈਕਿੰਡ ਵਰਡ ਕੀ ਆ ਟੂ ਐਪੀਟੋਮ ਥਰਡ ਕੀ ਆ ਫੋਰ ਇੰਸਟੈਂਸ ਫੋਰ ਐਗਜ਼ਾਮਪਲ ਇਹ ਚਾਰ ਡਿਫਰੈਂਟ ਵੇਜ਼ ਨੇ ਰਾਜੇ ਜਿਹੜੇ ਆਪਾਂ ਐਗਜ਼ਾਮਪਲ ਦੇ ਡਿਊਰਿੰਗ ਯੂਜ਼ ਕਰ ਸਕਦੇ ਹਾਂਗੇ ਜਦੋਂ ਕੋਈ ਵੀ ਐਗਜ਼ਾਮਪਲ ਦਿੰਦੀ ਹੈ ਕਿੱਥੇ ਆਪਾਂ ਸਿੰਪਲ ਲਿਖ ਦੇਣਾ ਫੋਰ ਐਗਜ਼ਾਮਪਲ ਕਿੱਥੇ ਆਪਾਂ ਰਾਜੇ ਉਹਨੂੰ ਕੰਪਲੈਕਸ ਕਰਕੇ ਲਿਖਣਾ ਟੂ ਐਗਜ਼ਾਮਪਲੀਫਾਈ ਟੂ ਐਪੀਟੋਮ ਫੋਰ ਇੰਸਟੈਂਸ ਫੋਰ ਐਗਜ਼ਾਮਪਲ ਹੁਣ ਇਹੀ ਡਿਫਰੈਂਟ ਤਰੀਕਾ ਸੀਗਾ ਰਾਜੇ ਕਿ ਆਪਾਂ ਐਕਸਪਲੇਨੇਸ਼ਨ ਕਿੱਦਾਂ ਦੇ ਰਹੇ ਹਾਂ ਐਗਜ਼ਾਮਪਲ ਮੈਂਸ਼ਨ ਕਰਨ ਤੋਂ ਬਾਅਦ ਮੈਂ ਤੁਹਾਨੂੰ ਕੀ ਪੁਆਇੰਟ ਦੱਸਿਆ ਸੀਗਾ ਰਾਜੇ ਕਿ ਆਪਾਂ ਉਹਦਾ ਰਿਜ਼ਲਟ ਮੈਂਸ਼ਨ ਕਰਨਾ ਗਾ ਰਿਜ਼ਲਟ ਦੇ ਇਫੈਕਟ ਦੱਸਣਾ ਉਹਦਾ ਕੀ ਹੋਊਗਾ ਹੁਣ ਐਗਜ਼ਾਮਪਲ ਦੇਣ ਤੋਂ ਬਾਅਦ ਆਪਾਂ ਰਿਜ਼ਲਟ ਸਟਾਰਟ ਕਿਵੇਂ ਕਰਨਾ ਉਹਦਾ ਇਫੈਕਟ ਸਟਾਰਟ ਕਿਵੇਂ ਕਰਨਾ ਗਾ ਉਹਦਾ ਵੇ ਕੀ ਆ ਰਾਜੇ ਉਹਨੂੰ ਆਪਾਂ ਚੈੱਕ ਕਰਾਂਗੇ ਵੀ ਹੈਂਸ ਵੀ ਇਹਦੇ ਕਰਕੇ ਇਹ ਹੋ ਰਿਹਾ ਦੇਅਰ ਫੋਰ ਥਸ ਐਜ਼ ਅ ਰਿਜ਼ਲਟ ਇਹ ਚਾਰ ਪੁਆਇੰਟਸ ਨੇਗੇ ਜਿਹੜੇ ਆਪਾਂ ਐਜ਼ ਅ ਰਿਜ਼ਲਟ ਜਾਂ ਇਫੈਕਟ ਮੈਂਸ਼ਨ ਕਰਨ ਵਾਸਤੇ ਯੂਜ਼ ਕਰ ਸਕਦੇ ਹਾਂਗੇ ਕਿਉਂ ਇਹ ਲਿਖ ਤਾਂ ਆਪਾਂ ਸਿੰਪਲ ਵੀ ਸਕਦੇ ਹਾਂ ਬਟ ਆਪਾਂ ਜੇ ਇਹ ਵਰਡਸ ਯੂਜ਼ ਕਰਦੇ ਹਾਂ ਦੈਨ ਐਗਜ਼ਾਮੀਨਰ ਨੂੰ ਹੋਊਗਾ ਕਿ ਬੱਚੇ ਕੋਲੇ ਨੌਲੇਜ ਹੈਗੀ ਆ ਬੱਚਾ ਵਧੀਆ ਲਿਖ ਰਿਹਾ ਸੋ ਇਹ ਚਾਰ ਵੇਜ਼ ਸੀਗੇ ਰਾਜੇ ਆਪਣੇ ਜਿਹੜੇ ਰਿਜ਼ਲਟ ਇਫੈਕਟ ਮੈਂਸ਼ਨ ਕਰਨ ਦੇ ਚਾਰ ਹੀ ਮੈਂ ਤੁਹਾਨੂੰ ਦੱਸਣੇ ਐਗਜ਼ਾਮਪਲ ਮੈਂਸ਼ਨ ਕਰਨ ਦੇ ਹੁਣ ਦੇਖੋ ਨੈਕਸਟ ਇਸ ਤੋਂ ਅੱਗੇ ਕੀ ਆਊਗਾ ਰਾਜੇ ਕਿ ਜਿਹੜੀ ਟਾਸਕ ਸਟੇਟਮੈਂਟ ਵਾਲੀ ਸੀਗੀ ਹੁਣ ਜਿਹੜੀ ਪ੍ਰੋਬਲਮ ਸੋਲਵਿੰਗ ਆ ਰਿਹਾ ਕੋਈ ਪ੍ਰੋਬਲਮ ਵਾਲਾ ਆ ਰਿਹਾ ਆਪਾਂ ਬੀਪੀ ਬੰਦ ਤਾਂ ਸਟਾਰਟ ਕਰਤਾ ਵੀ ਟੂ ਬਿਗਿਨ ਵਿਦ ਟੂ ਕਮੈਂਸ ਵਿਦ ਹੁਣ ਜਿਹੜੀ ਪ੍ਰੋਬਲਮ ਵਾਲਾ ਹਿੱਸੇ ਆ ਰਿਹਾ ਤਾਂ ਉੱਥੇ ਆਪਾਂ ਕੀ ਕਰਾਂਗੇ ਰਾਜੇ ਵੀ ਟੂ ਸੋਲਵ ਇਟ ਵੀ ਕਿਸ ਤਰ੍ਹਾਂ ਇਹਨੂੰ ਸੋਲਵ ਕਰ ਸਕਦੇ ਹਾਂ ਟੂ ਟੈਕਲ ਇਟ ਟੂ ਹੈਂਡਲ ਇਟ ਜਿਹੜਾ ਆਪਾਂ ਸੈਕਿੰਡ ਪੈਸੇ ਸਟਾਰਟ ਕਰਨਾ ਵੀ ਪ੍ਰੋਬਲਮ ਸੋਲੂਸ਼ਨ ਵਾਲਾ ਆ ਗਿਆ ਉਹ ਕੀ ਹੋਇਆ ਰਾਜੇ ਵੀ ਟੂ ਸੋਲਵ ਇਟ ਵੇਰੀਅਸ ਮੇਜਰਸ ਆਰ ਅਵੇਲੇਬਲ ਵੀ ਬਹੁਤ ਸਾਰੇ ਤਰੀਕੇ ਨੇਗੇ ਟੂ ਟੈਕਲ ਇਟ ਟੂ ਹੈਂਡਲ ਇਟ ਇਹ ਤਿੰਨ ਵੇਜ਼ ਨੇ ਰਾਜੇ ਤਿੰਨ ਵਰਡਸ ਨੇ ਜਿਹੜੇ ਆਪਾਂ ਡਿਫਰੈਂਟਲੀ ਆਪਣੇ ਅਕੋਰਡਿੰਗਲੀ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂਗੇ ਹੁਣ ਦੇਖੋ ਨੈਕਸਟ ਕੀ ਆਊਗਾ ਜੇ ਆਪਣੀ ਸਟੇਟਮੈਂਟ ਕੌਂਟਰਾਡਿਕਟ ਕਰਦੇ ਆਪਾਂ ਐਗਰੀ ਡਿਸਐਗਰੀ ਚੰਗੇ ਹੁਣ ਕੌਂਟਰਾਡਿਕਟਿੰਗ ਵਾਸਤੇ ਕੀ ਹੁੰਦੇ ਆ ਰਾਜੇ ਚਾਰ ਪੁਆਇੰਟਸ ਮੈਂਸ਼ਨ ਕੀਤੇ ਗਏ ਆ ਹਾਊ ਐਵਰ ਵਾਇਲ ਵਿਲਸਟ ਔਨ ਦਾ ਅਦਰ ਹੈਂਡ ਇਹ ਜਿੱਥੇ ਆਪਾਂ ਬੀਪੀ ਟੂ ਦੇ ਵਿੱਚ ਯੂਜ਼ ਕਰਦੇ ਹਾਂ ਰਾਜੇ ਇਹ ਵਾਲੇ ਵੀ ਬੀਪੀ ਟੂ ਦੇ ਵਿੱਚ ਆਪਾਂ ਲਿਖ ਰਹੇ ਹਾਂ ਜੇ ਕੌਂਟਰਾਡਿਕਟ ਕਰਦੀ ਆ ਸਟੇਟਮੈਂਟ ਤਾਂ ਹਾਊ ਐਵਰ ਦਿਸ ਆਲਸੋ ਹੈਪਨ ਜਾਂ ਹਾਊ ਐਵਰ ਦਿਸ ਆਲਸੋ ਹੈਪਨ ਜਾਂ ਵਾਇਲ ਅਕੋਰਡਿੰਗ ਟੂ ਦਿਸ ਜਾਂ ਔਨ ਦਾ ਅਦਰ ਹੈਂਡ ਆਪਾਂ ਇਹ ਲਾਈਨਾਂ ਮੈਂਸ਼ਨ ਕਰਦੇ ਹਾਂਗੇ ਇਹ ਉੱਥੇ ਯੂਜ਼ ਕਰਨਾ ਰਾਜੇ ਜਿੱਥੇ ਐਗਰੀ ਡਿਸਐਗਰੀ ਦਾ ਆਉਂਦਾ ਆਪਾਂ ਨੂੰ ਇਹ ਚੀਜ਼ਾਂ ਆਪਾਂ ਉੱਥੇ ਯੂਜ਼ ਕਰਦੇ ਹਾਂਗੇ ਪਲੱਸ ਹੁਣ ਹੋਊਗਾ ਕੀ ਜੇ ਆਪਾਂ ਇਹ ਯੂਜ਼ ਕਰਾਂਗੇ ਕਿੱਥੇ ਤੁਸੀਂ ਸਿੰਪਲ ਲਿਖ ਦਿੰਦੇ ਵੀ ਔਨ ਦਾ ਜਾਂ ਸੈਕਿੰਡ ਪਰ ਤੁਸੀਂ ਸਿੰਪਲ ਕਰ ਦਿੰਦੇ ਵੀ ਔਨ ਦਾ ਵੀ ਇਹਨੂੰ ਐਗਰੀ ਡਿਸਐਗਰੀ ਹੋ ਰਹੇ ਆ ਡਿਸਐਗਰੀ ਦੇ ਮੇਰੇ ਆਹ ਪੁਆਇੰਟਸ ਨੇ ਕਿੱਥੇ ਉਹਨੂੰ ਕੌਂਟਰਾਡਿਕਟ ਕਰਕੇ ਲਿਖਤਾ ਵੀ ਹਾਊ ਐਵਰ ਸਾਡੇ ਕੋਲ ਇਹ ਪੁਆਇੰਟਸ ਨੇਗੇ ਵੀ ਹਾਊ ਐਵਰ ਦਿਸ ਆਲਸੋ ਹੈਪਨ ਜਾਂ ਔਨ ਦਾ ਅਦਰ ਹੈਂਡ ਜਾਂ ਵਾਇਲ ਜਾਂ ਵੇਸਟ ਔਨ ਦਾ ਅਦਰ ਸਾਈਡ ਇਹ ਆਪਾਂ ਪੁਆਇੰਟਸ ਜਿਹੜੇ ਚਾਰੇ ਕਿੱਥੇ ਯੂਜ਼ ਕਰਨੇ ਆ ਜਿੱਥੇ ਆਪਣੀ ਸਟੇਟਮੈਂਟ ਕੌਂਟਰਾਡਿਕਟ ਕਰਦੀ ਆ ਦੇਖੋ ਜੀ ਆਪਾਂ ਕਰਿਆ ਕੀ ਪਹਿਲਾਂ ਆਪਾਂ ਇੰਟਰੋਡਕਸ਼ਨ ਸਟਰਕਚਰ ਦੇਖਿਆ ਜਿਹੜਾ ਟਾਸਕ 2 ਦਾ ਸੀ ਵੀ ਇੰਟਰੋਡਕਸ਼ਨ ਆ ਬੋਡੀ ਪੈਰਾਗ੍ਰਾਫ 1 ਆ 2 ਆ ਦੈਨ ਕੰਕਲੂਜਨ ਆ ਦੈਨ ਆਪਾਂ ਕੀ ਦੇਖਿਆ ਕਿ ਇੰਟਰੋਡਕਸ਼ਨ ਨੂੰ ਕਿਵੇਂ ਲਿਖਣਾ ਰੀਫਰੇਜ਼ ਕਰਨਾ ਤੇ ਥੀਸਿਸ ਸਟੇਟਮੈਂਟ ਲਿਖਣੀ ਆ ਨੈਕਸਟ ਆਪਾਂ ਕੀ ਦੇਖਿਆ ਕਿ ਇੰਟਰੋ ਨੂੰ ਸਟਾਰਟ ਕਿਸ ਵੇ ਦੇ ਵਿੱਚ ਕਰਨਾ ਇੰਟਰੋ ਕਿਵੇਂ ਆਪਾਂ ਇੱਕ ਵਧੀਆ ਇਫੈਕਟਿਵ ਵੇ ਦੇ ਵਿੱਚ ਕਰ ਸਕਦੇ ਹਾਂਗੇ ਉਸ ਤੋਂ ਬਾਅਦ ਆਪਾਂ ਕੀ ਦੇਖਿਆ ਕਿ ਬੋਡੀ ਪੈਰਾਗ੍ਰਾਫ 1 ਦਾ ਸਟਰਕਚਰ ਕੀ ਹੈਗਾ ਉਹ ਮੈਂਸ਼ਨ ਕੀਤਾ ਦੈਨ ਆਪਾਂ ਅੱਗੇ ਦੇਖਿਆ ਕਿ ਹਾਊ ਟੂ ਸਟਾਰਟ ਬੀਪੀ 1 ਨੂੰ ਸਟਾਰਟ ਕਿੱਦਾਂ ਕਰਨਾ ਗਾ ਦੇਖਿਓ ਕਿ ਕੰਪਲੀਟ ਵੀਡੀਓ ਆ ਗਈ ਨਾ ਤੁਹਾਡੇ ਕੋਲ ਕੰਪਲੀਟ ਰਾਈਟਿੰਗ ਟਾਸਕ 2 ਦੀ ਵੀਡੀਓ ਤੁਹਾਡੇ ਮਾਈਂਡ ਦੇ ਵਿੱਚ ਆ ਗਈ ਕਨਸੈਪਟ ਆ ਗਿਆ ਤੁਹਾਡੇ ਕੋਲ ਕਿ ਇਸ ਤਰ੍ਹਾਂ ਅਸੀਂ ਇਹ ਵੀਡੀਓ ਸਟਾਰਟ ਕਰਨੀ ਆ ਜਾਂ ਇਸ ਤਰ੍ਹਾਂ ਅਸੀਂ ਟਾਸਕ 2 ਆ ਜਿਹੜਾ ਉਹਦਾ ਪਹਿਲਾ ਪੁਆਇੰਟ ਇਹ ਲਿਖਾਂਗੇ ਸੈਕਿੰਡ ਇਹ ਲਿਖਾਂਗੇ ਥਰਡ ਇਹ ਲਿਖਾਂਗੇ ਉਸ ਤੋਂ ਬਾਅਦ ਆਪਾਂ ਕੀ ਦੇਖਿਆ ਰਾਜੇ ਅਲੱਗ ਅਲੱਗ ਵਰਡਸ ਦੇਖੇ ਜਿੱਥੋਂ ਆਪਾਂ ਨੂੰ ਟਾਸਕ ਸਟੇਟਮੈਂਟ ਲਿਖ ਸਕਦੇ ਹਾਂ ਐਕਸਪਲੇਨੇਸ਼ਨ ਲਿਖ ਸਕਦੇ ਹਾਂ ਨੈਕਸਟ ਦੇ ਵਿੱਚ ਆਪਾਂ ਕੀ ਦੇਖਿਆ ਰਾਜੇ ਕਿ ਜਿੱਥੇ ਆਪਾਂ ਐਗਜ਼ਾਮਪਲ ਮੈਂਸ਼ਨ ਕਰਨੀ ਆ ਰਿਜ਼ਲਟ ਮੈਂਸ਼ਨ ਕਰਨਾ ਉੱਥੇ ਆਪਾਂ ਕਿਹੜੇ ਵਰਡ ਯੂਜ਼ ਕਰਨੇ ਹੈਗੇ ਆਪਾਂ ਉਹ ਚੀਜ਼ ਦੇਖ ਲਈ ਰਿਜ਼ਲਟ ਮੈਂਸ਼ਨ ਕਰਨ ਵਾਸਤੇ ਕਿਹੜੇ ਚਾਰ ਵਰਡ ਯੂਜ਼ ਹੁੰਦੇ ਨੇ ਆਪਾਂ ਉਹ ਦੇਖ ਲਏ ਹੁਣ ਨੈਕਸਟ ਰਾਜੇ ਇੱਕ ਤੁਹਾਨੂੰ ਮੈਂ ਸੈਂਪਲ ਆਨਸਰ ਦਿਖਾਉਣਾਗਾ ਸੈਂਪਲ ਆਨਸਰ ਇਹ ਕਾਹਦਾ ਰਾਜੇ ਇਹੀ ਟਾਸਕ ਜਿਹੜਾ ਤੁਹਾਨੂੰ ਮੈਂ ਯੂਜ਼ ਕਰਕੇ ਇਹ ਇਨਫੋਰਮੇਸ਼ਨ ਯੂਜ਼ ਕਰਕੇ ਕਿ ਟਾਸਕ ਇਹ ਮੇਰਾ ਖੁਦ ਹੈਂਡ ਰਿਟਨ ਟਾਸਕ ਆ ਜੋ ਮੈਂ ਤੁਹਾਨੂੰ ਕਰਵਾਉਣ ਜਾ ਰਿਹਾ ਇਹਦੇ ਵਿੱਚ ਕੀ ਆ ਰਾਜੇ ਮੈਨ ਐਂਡ ਵੂਮੈਨ ਆਰ ਕੈਪੇਬਲ ਆਫ ਡੂਇੰਗ ਜੋਬਸ ਇਕੁਅਲੀ ਵੈਲ ਵੀ ਜਿਹੜੇ ਮੈਨ ਐਂਡ ਵੂਮੈਨ ਨੇ ਔਰਤਾਂ ਤੇ ਬੰਦੇ ਨੇਗੇ ਉਹ ਕੈਪੇਬਲ ਹੈਗੇ ਡੂਇੰਗ ਆਲ ਜੋਬਸ ਵੀ ਸਾਰੀਆਂ ਜੋਬਸ ਇਕੁਅਲੀ ਕਰਨ ਦੇ ਕੈਪੇਬਲ ਹੈਗੇ ਨੇ ਹੁਣ ਅੱਗੇ ਕੀ ਹੈ ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ ਵੀ ਕਿਹੜੇ ਕਿੰਨੇ ਕੁ ਐਕਸਟੈਂਟ ਤੱਕ ਤੁਸੀਂ ਐਗਰੀ ਕਰਦੇ ਹੋ ਕਿੰਨੇ ਕੁ ਤੱਕ ਤੁਸੀਂ ਡਿਸਐਗਰੀ ਕਰਦੇ ਹੋਗੇ ਕੀ ਤੁਹਾਡਾ ਵਿਊ ਪੁਆਇੰਟ ਆ ਹੁਣ ਦੇਖੋ ਦੀ ਇੰਟਰੋਡਕਸ਼ਨ ਕਿਵੇਂ ਕਰੀ ਬੱਚੇ ਆਪਾਂ ਇੰਟਰੋਡਕਸ਼ਨ ਦੇ ਵਿੱਚ ਮੈਂ ਲੈ ਲਿਆ
It is argued that any kind of work could be completed properly by either man or woman. ਕਿੱਥੋਂ ਸਟਾਰਟ ਕੀਤਾ? ਇਟ ਇਜ਼ ਆਰਗਿਊਡ ਡੈਟ, ਆਪਾਂ ਯੂਜ਼ ਕਰਕੇ ਗਏ ਸੀਗੇ ਨਾ ਬੀਪੀ 1 ਦੀ ਸਟਾਰਟਿੰਗ ਦੇ ਵਿੱਚ। ਹੁਣ ਇਹ ਬੀਪੀ 1 ਆ ਜਿਹੜਾ ਮੇਰਾ ਗ੍ਰੀਨ ਪੈਨ ਦੇ ਨਾਲ ਲਿਖਿਆ ਹੋਇਆਗਾ, ਇਹ ਆਪਣੀ ਰੀਫਰੇਜ਼ ਕੀਤੀ ਆ ਸਟੇਟਮੈਂਟ ਆਪਾਂ ਜੈਂਡਰ ਤੱਕ। ਕਿਵੇਂ ਕਰੀ? ਉਹਨਾਂ ਨੇ ਕੀ ਕਿਹਾ ਵੀ ਮੈਨ ਐਂਡ ਵੂਮਨ ਆਰ ਕੈਪੇਬਲ ਆਫ ਡੂਇੰਗ ਜੋਬਸ ਇਕੁਅਲੀ ਵੈਲ, ਵੀ ਬੰਦੇ ਆ ਜਿਹੜੇ ਬੰਦੇ ਤੇ ਔਰਤਾਂ ਨੇ ਉਹ ਸਾਰੀਆਂ ਜੋਬਸ ਇਕੁਅਲੀ ਕਰਨ ਦੇ ਕੈਪੇਬਲ ਹੈਗੇ ਨੇ। ਹੁਣ ਉਹ ਆਪਾਂ ਕਿੱਥੋਂ ਕਰੀ ਰਾਜੇ? ਦੇਖੋ ਸਟੇਟਮੈਂਟ ਦੇ ਵਿੱਚ ਆਪਾਂ ਕੀ ਲਿਖਿਆ, ਵੀ ਇਟ ਇਜ਼ ਆਰਗਿਊਡ ਡੈਟ ਐਨੀ ਕਾਇੰਡ ਆਫ ਵਰਕ ਕੁਡ ਬੀ ਕੰਪਲੀਟਡ ਪ੍ਰੋਪਰਲੀ ਬਾਈ ਅਦਰ ਮੈਨ ਔਰ ਵੂਮਨ ਵਿਦਆਊਟ ਐਨੀ ਡਿਫਰੈਂਸ ਇਨ ਟਰਮਸ ਆਫ ਜੈਂਡਰ। ਵੀ ਆਰਗਿਊ ਕੀਤਾ ਜਾਂਦਾ ਹੈ, ਇਹਦੇ ਤੇ ਡਿਬੇਟ ਹੁੰਦੀ ਹੈਗੀ, ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਰਕ ਹੈ ਐਨੀ ਕਾਇੰਡ ਆਫ ਵਰਕ ਕੁਡ ਬੀ ਕੰਪਲੀਟਡ ਪ੍ਰੋਪਰਲੀ, ਉਹਨੂੰ ਪ੍ਰੋਪਰਲੀ ਕੰਪਲੀਟ ਕੀਤਾ ਜਾ ਸਕਦਾ ਬਾਈ ਐਦਰ ਮੈਨ ਔਰ ਵੂਮਨ, ਵੂਮਨ ਵੀ ਕਰ ਸਕਦੀ ਆ ਮੈਨ ਵੀ ਕਰ ਸਕਦੇ ਆ, ਵਿਦਆਊਟ ਐਨੀ ਡਿਫਰੈਂਸ ਇਨ ਟਰਮਸ ਆਫ ਜੈਂਡਰ, ਵੀ ਜੈਂਡਰ ਨੂੰ ਲੈ ਕੇ ਕੋਈ ਵੀ ਉਹਨਾਂ ਚ ਭੇਦਭਾਵ ਨਹੀਂ ਹੈਗਾ, ਸਾਰੇ ਕੰਮ ਆ ਜਿਹੜੇ ਉਹ ਇਕੁਅਲੀ ਕਰ ਸਕਦੇ। ਸੋ ਇਹ ਸੀਗੀ ਜਿਹੜੀ ਰਾਜੇ ਆਪਣੀ ਗ੍ਰੀਨ ਪੈਨ ਦੇ ਵਿੱਚ ਮੈਂ ਮੈਂਸ਼ਨ ਕੀਤੀ ਹੈਗੀ, ਇਹ ਆਪਣੀ ਸੀਗੀ ਰਾਜੇ ਜਿਹੜੀ ਆਪਾਂ ਤੁਹਾਨੂੰ ਮੈਂ ਇੰਟਰੋ ਦੇ ਵਿੱਚ ਦੱਸਿਆ ਸੀਗਾ ਕਿ ਰੀਫਰੇਜ਼ ਕਰਨੀ ਆ ਸਟੇਟਮੈਂਟ। ਉਸ ਤੋਂ ਬਾਅਦ ਆਪਣੀ ਆ ਗਈ ਸੀ ਰਾਜੇ ਥੀਸਿਸ ਸਟੇਟਮੈਂਟ, ਥੀਸਿਸ ਸਟੇਟਮੈਂਟ ਆਪਣੀ ਇੱਥੋਂ ਸ਼ੁਰੂ ਹੋ ਗਈ। ਉਹਦੇ ਵਿੱਚ ਆਪਾਂ ਕੀ ਮੈਂਸ਼ਨ ਕੀਤਾ ਰਾਜੇ? ਆਈ ਪਾਰਸ਼ੀਅਲੀ ਡਿਸਐਗਰੀ ਵਿਦ ਦਿਸ ਮੋਸ਼ਨ ਡਿਊ ਟੂ ਮਲਟੀਫੇਰੀਅਸ ਰੀਜ਼ਨ, ਵੀ ਮੈਂ ਪਾਰਸ਼ੀਅਲੀ ਡਿਸਐਗਰੀ ਕਰਦਾ, ਮੈਂ ਪ੍ਰੋਪਰਲੀ ਐਗਰੀ ਨਹੀਂ, ਮੈਂ ਹਾਫ ਐਗਰੀ ਹਾਂ, ਮੈਂ ਹਾਫ ਡਿਸਐਗਰੀ ਹਾਂ। ਵੀ ਆਈ ਪਾਰਸ਼ੀਅਲੀ ਡਿਸਐਗਰੀ ਵਿਦ ਦਿਸ ਮੋਸ਼ਨ ਡਿਊ ਟੂ ਮਲਟੀਫੇਰੀਅਸ ਰੀਜ਼ਨ, ਬਹੁਤ ਸਾਰੇ ਰੀਜ਼ਨਸ ਕਰਕੇ ਮੈਂ ਇਹਦੇ ਨਾਲ ਡਿਸਐਗਰੀ ਹਾਂ, ਵਿਚ ਆਈ ਵਿਲ ਇਲੈਬੋਰੇਟ ਇਨ ਮਾਈ ਵਿਊ ਪੁਆਇੰਟਸ, ਜਿਹੜੇ ਨੈਕਸਟ ਮੈਂ ਵਿਊ ਦਊਂਗਾ ਆਪਣੇ, ਮੈਂ ਉੱਥੇ ਉਹਨੂੰ ਇਲੈਬੋਰੇਟ ਕਰੂੰਗਾ, ਐਕਸਪਲੇਨ ਕਰੂੰਗਾ, ਥਸ ਵਿਲ ਲੀਡ ਟੂ ਅ ਲੌਜੀਕਲ ਕੰਕਲੂਜਨ, ਦੈਨ ਉਸ ਤੋਂ ਬਾਅਦ ਸਾਰਾ ਕੁਝ ਐਕਸਪਲੇਨ ਕਰਕੇ ਇੱਕ ਲੌਜੀਕਲ ਕੰਕਲੂਜਨ ਦੇ ਉੱਤੇ ਅਸੀਂ ਪਹੁੰਚਾਂਗੇ। ਹੁਣ ਉਹਦੇ ਵਿੱਚ ਦੇਖੋ ਰਾਜੇ ਅੱਗੇ ਬੀਪੀ 1 ਸਟਾਰਟ ਕੀਤਾ ਆਪਾਂ, ਬੀਪੀ 1 ਨੂੰ ਸਟਾਰਟ ਕਿਵੇਂ ਕਰਿਆ? ਉਹਦੇ ਚ ਦੇਖੋ ਮੈਂ ਤੁਹਾਨੂੰ ਸਟੇਟਮੈਂਟਸ ਦੇ ਵਿੱਚ ਲਾਈਨਸ ਲਿਖਾਈਆਂ ਕਿ ਬੀਪੀ 1 ਕਿਸ ਤਰ੍ਹਾਂ ਸਟਾਰਟ ਕਰਨਾ, ਬੀਪੀ 2 ਕਿਸ ਤਰ੍ਹਾਂ ਕਰਨਾ। ਹੁਣ ਬੀਪੀ 2 ਆਪਾਂ ਸਟਾਰਟ ਕਿਸ ਵੇ ਦੇ ਵਿੱਚ ਕਰਿਆ ਰਾਜੇ? ਇਹ ਚ ਦੇਖੋ ਟੂ ਸਟਾਰਟ ਵਿਦ, ਜਿਹੜਾ ਮੈਂ ਤੁਹਾਨੂੰ ਕਨੈਕਟਰ ਲਿਖਾਇਆ ਸੀ, ਜਿਹੜਾ ਸਟਾਰਟਿੰਗ ਵਰਡ ਲਿਖਾਇਆ ਸੀਗਾ ਮੈਂ, ਟੂ ਬਿਗਿਨ ਵਿਦ ਦੇਰ ਆਰ ਮੈਨੀ ਰੀਜ਼ਨਸ ਬਿਹਾਈਂਡ ਦਿਸ ਸਟੇਟਮੈਂਟ ਦੈਟ ਵਾਈ ਬੋਥ ਜੈਂਡਰਸ ਆਰ ਡੂਇੰਗ ਆਲ ਕਾਇੰਡ ਆਫ ਵਰਕ ਇਕੁਅਲੀ ਵੈਲ। ਵੀ ਟੂ ਬਿਗਿਨ ਵਿਦ, ਟੂ ਸਟਾਰਟ ਕਰਨ ਦੇ ਵਿੱਚ ਮੈਂ ਕੀ ਦੱਸਣ ਜਾ ਰਿਹਾ ਕਿ ਦੇਰ ਆਰ ਮੈਨੀ ਰੀਜ਼ਨਸ, ਵੀ ਬਹੁਤ ਸਾਰੇ ਕਾਰਨ ਨੇ ਬਿਹਾਈਂਡ ਦਿਸ ਸਟੇਟਮੈਂਟ, ਆਹ ਸਟੇਟਮੈਂਟ ਦੇ ਪਿੱਛੇ, ਕਿ ਕਿਉਂ ਜਿਹੜੇ ਮੈਨ ਤੇ ਵੂਮਨ ਨੇ ਉਹ ਇਕੁਅਲੀ ਵਰਕ ਕਰਦੇ ਨੇਗੇ, ਵੀ ਉਹ ਬਰਾਬਰ ਦੇ ਕੰਮ ਕਰਦੇ ਨੇਗੇ। ਹੁਣ ਦੇਖੋ ਫਸਟ ਰੀਜ਼ਨ ਇੱਥੇ ਆਪਾਂ ਮੈਂਸ਼ਨ ਕੀਤਾ, ਦਾ ਮੇਨ ਰੀਜ਼ਨ ਇਜ਼, ਪਹਿਲਾ ਰੀਜ਼ਨ ਆਪਾਂ ਮੈਂਸ਼ਨ ਕਰਤਾ, ਇਹ ਆਪਾਂ ਕਨੈਕਟਰ ਲਗਾਤਾ, ਦਾ ਮੇਨ ਰੀਜ਼ਨ ਇਜ਼ ਇਨ ਦਿਸ ਮਾਡਰਨ ਇਰਾ ਐਵਰੀ ਪਰਸਨ ਹੈਜ਼ ਇਕੁਅਲ ਰਾਈਟਸ ਟੂ ਡੂ ਐਨੀ ਕਾਇੰਡ ਆਫ ਵਰਕ। ਸਟੇਟਮੈਂਟ ਕੀ ਸੀ ਆਪਣੀ, ਪੈਰਾਗ੍ਰਾਫ ਦੀ ਬੇਸ ਸਟੇਟਮੈਂਟ ਕੀ ਸੀਗੀ, ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਬੋਡੀ ਸਟੇਟਮੈਂਟ, ਬੋਡੀ ਸਟੇਟਮੈਂਟ ਕਿਹੜੀ ਹੈਗੀ, ਜਿਹੜੀ ਆ ਗ੍ਰੀਨ ਪੈਨ ਦੇ ਵਿੱਚ ਮੈਂ ਹਾਈਲਾਈਟ ਕੀਤੀ ਹੋਈ ਆ, ਕਿ ਟੂ ਬਿਗਿਨ ਵਿਦ ਦੇਰ ਆਰ ਮੈਨੀ ਰੀਜ਼ਨਸ ਬਿਹਾਈਂਡ ਦੀ ਸਟੇਟਮੈਂਟ ਦੈਟ ਵਾਈ ਬੋਥ ਜੈਂਡਰਸ ਆਰ ਡੂਇੰਗ ਆਲ ਕਾਇੰਡ ਆਫ ਵਰਕ ਇਕੁਅਲੀ ਵੈਲ। ਇਹ ਸੀਗੀ ਆਪਣੀ ਰਾਜੇ ਸਟੇਟਮੈਂਟ ਜਿਹੜੀ ਮੈਂ ਤੁਹਾਨੂੰ ਦੱਸੀ ਸੀ ਕਿ ਬੋਡੀ ਸਟੇਟਮੈਂਟ 1 ਬੀਪੀ 1 ਦੀ। ਹੁਣ ਦੇਖੋ ਅੱਗੇ ਆਪਾਂ ਨੂੰ ਐਕਸਪਲੇਨ ਕੀਤਾ, ਦਾ ਮੇਨ ਰੀਜ਼ਨ ਇਜ਼ ਇਨ ਦਿਸ ਮਾਡਰਨ ਇਰਾ ਐਵਰੀ ਪਰਸਨ ਹੈਜ਼ ਇਕੁਅਲ ਰਾਈਟਸ ਟੂ ਡੂ ਐਨੀ ਕਾਇੰਡ ਆਫ ਵਰਕ, ਵੀ ਅੱਜ ਕੱਲ ਦੇ ਮਾਡਰਨ ਜ਼ਮਾਨੇ ਦੇ ਵਿੱਚ ਹਰ ਕਿਸੇ ਕੋਲ ਰਾਈਟਸ ਆ ਬਰਾਬਰ ਕੰਮ ਕਰਨ ਦੇ। ਇਨ ਦਿਸ ਵੇ ਫੀਮੇਲਸ ਕੈਨ ਡੂ ਆਲ ਕਾਇੰਡ ਆਫ ਵਰਕ ਇਵਨ ਦੈਟ ਵਿਚ ਕਨੈਕਟ ਵਿਦ ਹਾਈ ਮੈਂਟਲ ਐਕਟੀਵਿਟੀਜ਼, ਵੀ ਜਿਹੜੀਆਂ ਵੂਮਨ ਆ ਉਹ ਵੀ ਕੰਮ ਕਰ ਸਕਦੀਆਂ ਨੇ, ਸਾਰੇ ਤਰ੍ਹਾਂ ਦਾ ਕੰਮ ਕਰ ਸਕਦੀਆਂ ਨੇ। ਇਨ ਦਿਸ ਵੇ ਫੀਮੇਲਸ ਕੈਨ ਡੂ ਆਲ ਕਾਇੰਡ ਆਫ ਵਰਕ ਇਵਨ ਦੈਟ ਵਿਚ ਕਨੈਕਟ ਵਿਦ ਹਾਈ ਮੈਂਟਲ ਐਕਟੀਵਿਟੀਜ਼, ਵੀ ਜਿਹੜੇ ਹਾਈ ਮੈਂਟਲ ਐਕਟੀਵਿਟੀਜ਼ ਤੱਕ ਜਿਹੜੇ ਟਾਸਕ ਜਾਂਦੇ ਨੇ, ਕੋਈ ਕੰਮ ਜਾਂਦੇ ਨੇ, ਵੂਮਨਸ ਉਹ ਵੀ ਕਰ ਸਕਦੀਆਂ। ਹੁਣ ਦੇਖੋ ਮੈਂ ਐਕਸਪਲੇਨ ਕੀਤਾ, ਹੁਣ ਇਹਦੇ ਵਿੱਚ ਰਾਜੇ ਆਪਾਂ ਕਰਿਆ ਕੀ, ਐਗਜ਼ਾਮਪਲ ਦਿੱਤੀ, ਐਗਜ਼ਾਮਪਲ ਤੁਹਾਨੂੰ ਮੈਂ ਮੈਂਸ਼ਨ ਕਰਨ ਨੂੰ ਕਿਹਾ ਸੀ। ਦੇਖੋ ਐਗਜ਼ਾਮਪਲ ਕਿੱਦਾਂ ਮੈਂਸ਼ਨ ਕੀਤੀ, ਟੂ ਐਪੀਟੋਮ, ਰੈੱਡ ਕਲਰ ਦੇ ਵਿੱਚ ਸਾਰੀ ਐਗਜ਼ਾਮਪਲ ਹੈ, ਟੂ ਐਪੀਟੋਮ ਨਾਸਾ ਦਾ US ਸਪੇਸ ਏਜੰਸੀ, ਵੀ ਜਿਹੜੀ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਨਾਸਾ ਜਿਹੜੀ US ਦੀ ਸਪੇਸ ਏਜੰਸੀ ਆ ਕੁਡ ਲਾਂਚ, ਉਹ ਲਾਂਚ ਹੋਈ ਕਿਉਂ, ਬਿਕਾਜ਼ ਆਫ ਵੂਮਨ, ਉਹ ਵੂਮਨ ਦੇ ਕਰਕੇ ਲਾਂਚ ਹੋਈ, ਲੇਡੀਜ਼ ਦੇ ਕਰਕੇ ਲਾਂਚ ਹੋਈ, ਕਿਹੜੀ, ਕੈਥਰੀਨ ਜੌਨਸਨ, ਇੱਕ ਕੈਥਰੀਨ ਜੌਨਸਨ ਨਾਮ ਦੀ ਲੇਡੀ ਸੀ, ਹੂ ਵਾਜ਼ ਏਬਲ ਟੂ ਮੇਕ ਮੈਨੂਅਲ ਕੈਲਕੂਲੇਸ਼ਨ, ਜਿਹੜੀ ਬਹੁਤ ਸਾਰੀਆਂ ਕੈਲਕੂਲੇਸ਼ਨ ਕਰਦੀ ਸੀ ਵਿਦਆਊਟ ਯੂਜ਼ਿੰਗ ਐਨੀ ਕੰਪਿਊਟਰ। ਵੀ ਇੱਕ ਆਪਾਂ ਐਗਜ਼ਾਮਪਲ ਦਿੱਤੀ ਵੀ ਫੀਮੇਲਸ ਵੀ ਕੰਮ ਕਰ ਸਕਦੀਆਂ ਨੇ, ਐਗਜ਼ਾਮਪਲ ਕਿਹੜੀ ਦਿੱਤੀ ਆਪਾਂ, ਇੱਕ ਬਿਗ ਲੈਵਲ ਦੇ ਉੱਪਰ ਐਗਜ਼ਾਮਪਲ ਚੱਕ ਲਈ, ਕਿਹੜੀ, ਨਾਸਾ ਦੀ ਸਪੇਸ ਏਜੰਸੀ ਦੀ ਆਪਾਂ ਐਗਜ਼ਾਮਪਲ ਚੱਕ ਲਈ, ਵੀ ਉੱਥੇ ਇੱਕ ਲੇਡੀ ਸੀ ਕੈਥਰੀਨ ਜੌਨਸਨ ਜਿਹੜੀ ਕਿ ਮੈਨੂਅਲ ਕੈਲਕੂਲੇਸ਼ਨ ਕਰਦੀ ਸੀ ਵਿਦਆਊਟ ਕੰਪਿਊਟਰ ਦੇ,
ਵੀ ਬਹੁਤ ਸਾਰੀਆਂ ਕੈਲਕੂਲੇਸ਼ਨ ਉਹ ਵਿਦਆਊਟ ਇਲੈਕਟ੍ਰੋਨਿਕ ਡਿਵਾਈਸਿਸ ਯੂਜ਼ ਕਰੇ ਕਰ ਲੈਂਦੀ ਸੀ। ਹੁਣ ਇਸ ਤੋਂ ਬਾਅਦ ਐਗਜ਼ਾਮਪਲ ਦੇਣ ਤੋਂ ਬਾਅਦ ਰਾਜੇ ਤੁਹਾਨੂੰ ਮੈਂ ਕੀ ਦੱਸਿਆ ਸੀਗਾ ਆਪਾਂ ਰਿਜ਼ਲਟ ਮੈਂਸ਼ਨ ਕਰਵਾਂਗਾ। ਹੁਣ ਦੇਖੋ ਰਿਜ਼ਲਟ ਮੈਂਸ਼ਨ ਕਿਸ ਤਰ੍ਹਾਂ ਕੀਤਾ ਆਪਾਂ, ਹੈਂਸ ਵੂਮਨ ਪਲੇ ਆ ਸਿਗਨੀਫੀਕੈਂਟ ਰੋਲ ਇਨ ਸਾਇੰਸ ਐਂਡ ਸਪੇਸ ਐਕਸਪਲੋਰੇਸ਼ਨ। ਵੀ ਹੈਂਸ ਇਹਦੇ ਰਿਜ਼ਲਟ ਇਹਦਾ ਕੀ ਹੋਇਆ, ਇਹਦਾ ਇਫੈਕਟ ਕੀ ਹੋਇਆ ਵੀ ਜਿਹੜੀਆਂ ਵੂਮਨਸ ਨੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ ਸਾਇੰਸ ਤੇ ਸਪੇਸ ਐਕਸਪਲੋਰੇਸ਼ਨ ਦੇ ਵਿੱਚ। ਇੱਕ ਐਗਜ਼ਾਮਪਲ ਦੇਖੋ, ਪਹਿਲਾਂ ਆਪਾਂ ਸਟਾਰਟ ਕਰ ਲਈ, ਆਪਾਂ ਸਟੇਟਮੈਂਟ 1 ਦੇਤੀ, ਟਾਸਕ ਸਟੇਟਮੈਂਟ 1 ਦੇਤੀ, ਬਾਡੀ ਸਟੇਟਮੈਂਟ ਮੈਂਸ਼ਨ ਕਰਤੀ, ਦੈਨ ਉਹਨੂੰ ਐਕਸਪਲੇਨ ਕਰਤਾ ਵੀ ਇਹਦੇ ਪਿੱਛੇ ਰੀਜ਼ਨ ਕੀ ਸੀ, ਦੈਨ ਆਪਾਂ ਕੀ ਕੀਤਾ ਉਹਦੀ ਐਗਜ਼ਾਮਪਲ ਦਿੱਤੀ 2 epitometer, ਆਪਾਂ ਉਹ ਵਰਡ ਯੂਜ਼ ਕਰ ਲਿਆ, ਦੈਨ ਆਪਾਂ ਉਹਦਾ ਕੀ ਮੈਂਸ਼ਨ ਕਰਤਾ ਰਾਜੇ, ਰਿਜ਼ਲਟ ਮੈਂਸ਼ਨ ਕਰਤਾ ਐਂਡ ਦੇ ਵਿੱਚ ਕਿ ਉਹਦਾ ਰਿਜ਼ਲਟ ਇਹ ਨਿਕਲਿਆ। ਹੁਣ ਇਹ ਸੀਗਾ ਰਾਜੇ BP1। ਹੁਣ ਦੇਖੋ BP2 ਦੇ ਵਿੱਚ ਕੀ ਆਊਗਾ, ਮਤਲਬ ਕਿ ਅਸੀਂ ਵੀ ਕੌਂਟਰਾਡਿਕਟ ਕਰਦੀ ਆ ਜਿੱਥੇ ਸਟੇਟਮੈਂਟ, ਉੱਥੇ ਆਪਾਂ ਕੀ ਲਿਖਤਾ BP2 ਦੀ ਸਟਾਰਟਿੰਗ ਦੇ ਵਿੱਚ ਰਾਜੇ, ਹਾਊਐਵਰ, ਐਗਰੀ ਡਿਸਐਗਰੀ ਵਾਲਾ ਐਸੇ ਸੀ ਨਾ ਆਪਣਾ, ਤਾਂ ਉਹਦੇ ਚ ਆਪਾਂ ਕੀ ਲਿਖਤਾ ਹਾਊਐਵਰ, ਵੀ ਇੱਥੇ ਕੌਂਟਰਾਡਿਕਟ ਕਰ ਗਈ ਵੀ ਦੇਰ ਆਰ ਪਲੌਥਰਾ ਆਫ ਰੀਜ਼ਨ ਡਿਸਅਪਰੂਵ ਦਿਸ ਪ੍ਰੈਕਟਿਸ। ਇਹ ਆਪਣੀ ਜਿਹੜੀ ਆਹ ਲਾਈਨ ਹੋ ਗਈ ਰਾਜੇ, ਜਿਹੜੀ ਆ ਇੱਥੋਂ ਲੈ ਕੇ ਇੱਥੇ ਤੱਕ ਲਾਈਨ ਹੋ ਗਈ, ਇਹ ਕੀ ਹੋ ਗਈ ਆਪਣੀ ਬਾਡੀ ਸਟੇਟਮੈਂਟ 2। ਕੀ ਲਿਖਿਆ ਉਹਦੇ ਚ, ਹਾਊ ਐਵਰ ਦੇਰ ਆਰ ਪਲੈਥੋਰਾ ਆਫ ਰੀਜ਼ਨ ਡਿਸਅਪਰੂਵ ਦਿਸ ਪ੍ਰੈਕਟਿਸ, ਵੀ ਬਹੁਤ ਸਾਰੇ ਰੀਜ਼ਨ ਨੇਗੇ, ਹਾਊ ਐਵਰ ਵੀ ਇਹ ਤਾਂ ਕੌਂਟਰਾਡਿਕਟ ਕਰ ਗਈ ਵੀ ਦੇਰ ਆਰ ਪਲੈਥੋਰਾ ਆਫ ਰੀਜ਼ਨ ਵਿਚ ਡਿਸਅਪਰੂਵ ਦਿਸ ਪ੍ਰੈਕਟਿਸ, ਇਹ ਆ ਗਿਆ। ਹੁਣ ਦੇਖੋ ਰਾਜੇ ਅੱਗੇ ਆਪਾਂ ਕੀ ਕੀਤਾ, ਉਹ ਰੀਜ਼ਨ ਦੱਸਤਾ ਦੂਜੇ ਦੇ ਵਿੱਚ ਕਿ ਅਸੀਂ ਕਿਉਂ ਡਿਸਐਗਰੀ ਕਰਦੇ ਹਾਂ, ਕਿਉਂ ਡਿਸਅਪਰੂਵ ਕਰਦੇ ਹਾਂ। ਰੀਜ਼ਨ ਕੀ ਦਿੱਤਾ ਰਾਜੇ ਆਪਾਂ, ਦ ਫਸਟ ਐਂਡ ਫੋਰਮੋਸਟ ਇਜ਼ ਮੈਨ ਐਂਡ ਵੂਮਨ ਹੈਵ ਡਿਫਰੈਂਟ ਕਪੈਸਿਟੀ ਆਫ ਫਿਜ਼ੀਕਲ ਸਟਰੈਂਥ। ਪੁਆਇੰਟ ਚੱਕ ਲਿਆ ਕਿ ਆਪਾਂ ਮੈਂਸ਼ਨ ਕਰਤਾ ਰਾਜੇ, ਪੁਆਇੰਟ ਮੈਂਸ਼ਨ ਕਿਸ ਵੇ ਦੇ ਵਿੱਚ ਕਰਿਆ ਕਿ ਆਪਾਂ ਚੱਕ ਲਿਆ ਕਿ ਵੂਮਨ ਤੇ ਜਿਹੜੇ ਆਪਣੇ ਮੈਨ ਨੇਗੇ ਉਹਨਾਂ ਦੀ ਡਿਫਰੈਂਟ ਕਪੈਸਿਟੀ ਆ ਰਾਜੇ, ਕਾਹਦੀ, ਫਿਜ਼ੀਕਲ ਸਟਰੈਂਥ ਦੀ। ਕੀ ਮੈਂਸ਼ਨ ਕੀਤਾ, ਫਸਟ ਐਂਡ ਫੋਰਮੋਸਟ, ਆਪ ਇੱਥੇ ਇੱਕ ਕਨੈਕਟਰ ਯੂਜ਼ ਕਰ ਲਿਆ ਵੀ ਆਹ ਰੀਜ਼ਨ ਸੀਗਾ ਜਿਹੜਾ ਮੈਂ ਮੈਂਸ਼ਨ ਕਰ ਰਹੀ ਹਾਂ। ਆਪਾਂ ਕੀ ਕੀਤਾ, ਤਾਂ ਫਸਟ ਐਂਡ ਫੋਰਮੋਸਟ ਇਜ਼ ਮੈਨ ਐਂਡ ਵੂਮਨ ਹੈਵ ਡਿਫਰੈਂਟ ਕਪੈਸਿਟੀ ਆਫ ਫਿਜ਼ੀਕਲ ਸਟਰੈਂਥ ਐਜ਼ ਫੀਮੇਲਜ਼ ਹੈਵ ਵੀਕ ਫਿਜ਼ੀਕਲ ਸਟਰੈਂਥ ਐਜ਼ ਕੰਪੇਅਰ ਟੂ ਮੇਲਸ। ਵੀ ਅਸੀਂ ਇਹ ਰੀਜ਼ਨ ਨੂੰ, ਇਹ ਸਟੇਟਮੈਂਟ ਨੂੰ ਡਿਸਅਪਰੂਵ ਕਰਦੇ ਹਾਂ, ਕਿਉਂ, ਕਿਉਂਕਿ ਬਹੁਤ ਸਾਰੇ ਜਿਹੜੇ ਵੂਮਨ ਨਹੀਂ ਹੈਗੀਆਂ ਉਹਨਾਂ ਦੀਆਂ ਫਿਜ਼ੀਕਲ ਸਟਰੈਂਥ ਉਹ ਘੱਟ ਹੁੰਦੀ ਹੈਗੀ ਐਜ਼ ਕੰਪੇਅਰ ਟੂ ਮੇਲਸ। ਹੁਣ ਅੱਗੇ ਕੀ ਆ ਗਿਆ ਰਾਜੇ, ਦੇ ਕੈਨ ਨਾਟ ਲਿਫਟ, ਔਰ ਅੱਗੇ ਨੂੰ ਐਕਸਪਲੇਨ ਕਰਤਾ ਆਪਾਂ, ਇੱਥੋਂ ਦੀ ਐਕਸਪਲੇਨੇਸ਼ਨ ਸ਼ੁਰੂ ਹੋ ਗਈ, ਦੇ ਕੈਨ ਨਾਟ ਲਿਫਟ ਔਰ ਕੈਰੀ ਹੈਵੀ ਆਈਟਮਸ ਲਾਈਕ ਮੋਸਟ ਆਫ ਦਾ ਜੋਬ ਰਿਕੁਆਇਰ ਓਨਲੀ ਮੈਨ ਇੰਪਲੋਏ ਓਇੰਗ ਟੂ ਐਡਰੈਸਿੰਗ ਦੇਅਰ ਹਾਰਡ ਵਰਕ ਔਰ ਟਾਸਕ। ਹੁਣ ਇੱਥੇ ਜੇ ਆਪਾਂ ਰਾਜੇ ਲਿਖਣਾ ਹੋਵੇ ਤਾਂ ਇੱਥੇ ਕੀ ਕਰ ਦੋਗੇ, ਟੂ ਇਲੈਬੋਰੇਟ ਇਟ, ਟੂ ਐਕਸਪਲੀਕੇਟ ਇਟ, ਇੱਥੇ ਆਪਾਂ ਕਨੈਕਟਰ ਯੂਜ਼ ਕਰ ਸਕਦੇ ਹਾਂ ਆ ਜਗ੍ਹਾ ਤੇ। ਉਹ ਕੀ ਆ ਗਿਆ ਰਾਜੇ, ਦੇ ਕੈਨ ਨਾਟ, ਰੀਜ਼ਨ ਆਪਾਂ ਐਕਸਪਲੇਨ ਕਰ, ਰੀਜ਼ਨ ਤਾਂ ਆਪਾਂ ਦੱਸਤਾ ਕਿ ਆਹ ਰੀਜ਼ਨ ਆ ਜੀ ਉਹਨਾਂ ਦੀ ਫਿਜ਼ੀਕਲ ਸਟਰੈਂਥ ਆ ਜਿਹੜੀ ਉਹ ਵੀਕ ਹੁੰਦੀ ਆ, ਬਟ ਹੁਣ ਆਪਾਂ ਐਕਸਪਲੇਨ ਕਿਸ ਵੇ ਦੇ ਵਿੱਚ ਕੀਤਾ ਰਾਜੇ, ਕਿ ਜਿਹੜੇ ਵੂਮਨ ਤੇ ਜਿਹੜੀਆਂ ਮੋਸਟ ਕੰਪਨੀਜ਼ ਨੇ ਉਹ ਮੈਨ ਇੰਪਲੋਇਜ਼ ਹਾਇਰ ਕਰਦੇ ਨੇ, ਕਿਉਂਕਿ ਉਹਨਾਂ ਦੇ ਜਿਹੜੇ ਟਾਸਕ ਨੇਗੇ ਉਹ ਜ਼ਿਆਦਾ ਇੰਪਲੋਏ ਮੈਨ ਹਾਇਰ ਕਰਦੇ ਆ, ਤਾਂ ਕਿ ਉਹਨਾਂ ਦਾ ਜਿਹੜਾ ਹਾਰਡ ਵਰਕ ਉਹ ਕੰਪਲੀਟ ਹੋ ਸਕੇ। ਹੁਣ ਦੇਖੋ ਨੈਕਸਟ ਇਹਦੇ ਵਿੱਚ ਆਪਾਂ ਕਨੈਕਟਰ ਯੂਜ਼ ਕਰਕੇ ਰਾਜੇ ਇੱਕ ਸੈਕਿੰਡ ਮੈਂ ਪੁਆਇੰਟ ਆ ਜਿਹੜਾ ਆਪਾਂ ਉਹ ਮੈਂਸ਼ਨ ਕਰਤਾ, ਕਿ ਲਾਸਟ ਬਟ ਨਾਟ ਲੀਸਟ, ਇਹ ਆਪਾਂ ਕਨੈਕਟਰ ਯੂਜ਼ ਕਰ ਲਿਆ ਇੱਥੇ, ਕਿ ਲਾਸਟ ਬਟ ਨਾਟ ਲੀਸਟ ਇਟ ਇਜ਼ ਕੰਸੀਡਰਡ ਡੈਟ, ਵੀ ਇਹ ਮੰਨਿਆ ਜਾਂਦਾ ਕਿ ਵੂਮਨ ਆਰ ਏਬਲ ਟੂ ਸਕਸੈਸਫੁਲ ਫੋਰ ਦੀਸ ਵਾਈਡ ਰੇਂਜ ਆਫ ਪਰਟੀਕੁਲਰ ਜੋਬਸ। ਵੀ ਵੂਮਨਸ ਨੇ ਜਿਹੜੀਆਂ, ਇਹ ਮੰਨਿਆ ਜਾਂਦਾ ਕਿ ਉਹ ਸਿਰਫ ਇਹ ਪਰਟੀਕੁਲਰ ਜੋਬਸ ਕਰ ਸਕਦੀਆਂ, ਕਿਹੜੀਆਂ, ਉੱਥੇ ਆਪਾਂ ਕਿਵੇਂ ਮੈਂਸ਼ਨ ਕੀਤਾ, ਸੱਚ ਐਸ ਟੀਚਰ, ਪੇਂਟਿੰਗ ਐਂਡ ਇਵਨ ਐਟ ਬ੍ਰਿੰਗਿੰਗ ਅਪ ਅ ਚਾਈਲਡ। ਵੀ ਵੂਮਨਸ ਆ ਜਿਹੜੀਆਂ ਸਿਰਫ ਪਰਟੀਕੁਲਰ ਟਾਸਕ ਕਰ ਸਕਦੀਆਂ ਨੇ, ਜਿਵੇਂ ਕਿ ਟੀਚਰ ਬਣ ਸਕਦੇ ਨੇਗੇ, ਉਹ ਪੇਂਟਿੰਗ ਕਰ ਸਕਦੀਆਂ, ਉਹ ਇਵਨ ਐਟ ਬ੍ਰਿੰਗਿੰਗ ਅਪ ਅ ਚਾਈਲਡ, ਕਿਸੇ ਚਾਈਲਡ ਦੀ ਕੇਅਰ ਕਰ ਸਕਦੀਆਂ ਨੇ ਵਧੀਆ ਤਰੀਕੇ ਦੇ ਨਾਲ। ਕਿਉਂ, ਕਿਉਂਕਿ ਬਿਕਾਜ਼ ਦੀਸ ਕਾਈਂਡ ਆਫ ਜੋਬਸ ਕੈਨ ਬੀ ਡਨ ਇਨ ਡੇ ਟਾਈਮ। ਵੀ ਇਹ ਜੋਬਸ ਆ ਸਾਰੀਆਂ ਉਹ ਡੇ ਟਾਈਮ ਹੁੰਦੀਆਂ ਨੇ, ਐਂਡ ਐਟ ਹੋਮ ਐਜ਼ ਮੇਕਸ ਮੇਲਸ ਡੂ ਮੋਸਟ ਆਫ ਦਾ ਵਰਕ ਇਨ ਨਾਈਟ। ਵੀ ਜਿਹੜੇ ਮੇਲਸ ਨੇਗੇ ਉਹ ਜ਼ਿਆਦਾ ਵਰਕ ਰਾਤ ਨੂੰ ਕਰਦੇ ਨੇ ਟੂ ਅਰਨ ਮਨੀ, ਜਸਟ ਲਾਈਕ ਟੂ ਡੂ ਵਰਕ ਇਨ ਫੈਕਟਰੀਜ਼। ਆਪਾਂ ਐਗਜ਼ਾਮਪਲ ਦੇ ਦਿੱਤੀ ਕਿ ਜਸਟ ਲਾਈਕ, ਐਗਜ਼ਾਮਪਲ ਮੈਂਸ਼ਨ ਕਰਤੀ ਇੱਕ ਕਿ ਜਿਹੜੇ ਮੇਲਸ ਆ ਉਹ ਫੈਕਟਰੀਜ਼ ਦੇ ਵਿੱਚ ਕੰਮ ਕਰਦੇ ਨੇ, ਕਿ ਜਿਹੜੇ ਵੂਮਨ ਆ ਲੇਡੀਜ਼ ਨੇ ਉਹ ਰਾਤ ਨੂੰ ਨਹੀਂ ਕਰ ਸਕਦੀਆਂ। ਸੋ ਇਹ ਪੁਆਇੰਟ ਆਪਾਂ ਮੈਂਸ਼ਨ ਕਰਤਾ। ਨੈਕਸਟ ਉਹਦਾ ਆਪਾਂ ਰਿਜ਼ਲਟ, ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਰਿਜ਼ਲਟ ਮੈਂਸ਼ਨ ਕਰਨਾ। ਹੁਣ ਆਪਾਂ ਰਿਜ਼ਲਟ ਇੱਥੇ ਕੀ ਮੈਂਸ਼ਨ ਕਰਤਾ ਰਾਜੇ, ਇਹਦੇ ਵਿੱਚ ਕੀ ਆਜੂਗਾ, ਉਹ ਹੈਂਸ ਨੀਡਲੈਸ ਟੂ ਸੇ, ਅੱਗੇ ਆਪਾਂ ਪੁਆਇੰਟ ਦੱਸਤਾ ਕਿ ਨੀਡ ਵੀ ਕੋਈ ਬੋਲਣ ਦੀ ਜ਼ਰੂਰਤ ਹੀ ਨਹੀਂ ਹੈ, ਕਿ ਨੀਡਲੈਸ ਟੂ ਸੇ ਆਲ ਦੀਜ਼ ਵਿਊ ਪੁਆਇੰਟਸ
ਸਟੈਂਡ ਇਨ ਅ ਗੁੱਡ ਸਟੈਡ ਵੀ ਜਿਹੜੇ ਦੂਸਰੇ ਵਿਊ ਪੁਆਇੰਟ ਅਸੀਂ ਮੈਂਸ਼ਨ ਕੀਤੇ ਨੇ ਗਿਆ ਰੈੱਡ ਕਲਰ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਇਹ ਕਾਹਦੇ ਲਈ ਯੂਜ਼ ਕੀਤਾ ਰਾਜੇ ਉਹਦਾ ਇਫੈਕਟ ਦੱਸਣ ਦੇ ਲਈ ਆ ਟੋਟਲੀ ਹੈਂਸ ਤੋਂ ਲੈ ਕੇ ਉਹਦਾ ਇਫੈਕਟ ਸ਼ੁਰੂ ਹੋ ਗਿਆ ਕਿ ਉਹ ਕਿੱਥੇ ਕਿ ਸਟੈਂਡ ਕਰਦਾ ਗਾ ਠੀਕ ਹੈ ਜੀ ਹੁਣ ਨੈਕਸਟ ਪਾਰਟ ਰਾਜੇ ਆਪਣਾ ਕੀ ਸੀਗਾ ਕਨਕਲੂਜ਼ਨ ਕਨਕਲੂਜ਼ਨ ਸੀਗਾ ਉਹਦੇ ਚ ਆਪਾਂ ਕੀ ਕਰਨਾ ਸੀਗਾ ਕਿੱਥੋਂ ਯੂਜ਼ ਕੀਤਾ ਉਹ ਇਨ ਕਨਕਲੂਜ਼ਨ ਦੇਰ ਆਰ ਐਂਪਲ ਆਫ ਰੀਜ਼ਨਸ ਵਿਚ ਜਸਟੀਫਾਈਡ ਐਟ ਆਲ ਜੋਬਸ ਆਰ ਨੋਟ ਸੂਟੇਬਲ ਫਾਰ ਵੂਮੈਨ ਟੂ ਡੂ ਵੀ ਕਨਕਲੂਜ਼ਨ ਅਸੀਂ ਨਤੀਜਾ ਕੀ ਕੱਢਿਆ ਵੀ ਬਹੁਤ ਸਾਰੇ ਰੀਜ਼ਨਸ ਨੇ ਬਹੁਤ ਸਾਰੇ ਕਾਰਨ ਨੇਗੇ ਜਿਹੜੇ ਜਸਟੀਫਾਈ ਕਰਦੇ ਨੇ ਵਿਚ ਜਸਟੀਫਾਈਡ ਐਟ ਆਲ ਜੋਬਸ ਆਰ ਨੋਟ ਸੂਟੇਬਲ ਫਾਰ ਵੂਮੈਨ ਟੂ ਡੂ ਵੀ ਜਿਹੜੀਆਂ ਬਹੁਤ ਸਾਰੀਆਂ ਜੋਬਸ ਨੇ ਜਿਹੜੀਆਂ ਵੂਮੈਨਸ ਨਹੀਂ ਕਰ ਸਕਦੀਆਂ ਇਹ ਆਪਾਂ ਪ੍ਰੋਪਰ ਰਾਜੇ ਦੇਖੋ ਪਹਿਲਾਂ ਆਪਾਂ ਟਾਸਕ 1 ਦੀ ਸਟੇਟਮੈਂਟ ਦੇਖੀ ਸਟੇਟਮੈਂਟ ਸੀਗੀ ਮੈਨ ਐਂਡ ਵੂਮਨ ਆਰ ਕੈਪੇਬਲ ਡੂਇੰਗ ਇਕੁਅਲ ਜੋਬਸ ਇਕੁਅਲੀ ਵੈਲ ਟੂ ਵਟ ਐਕਸਟੈਂਡ ਡੂ ਯੂ ਐਗਰੀ ਔਰ ਡਿਸਐਗਰੀ ਸਟੇਟਮੈਂਟ ਦਾ ਵੇ ਦੱਸਿਆ ਸੀਗਾ ਤੁਹਾਨੂੰ ਇੰਟਰੋ ਕਿਸ ਤਰ੍ਹਾਂ ਸਟਾਰਟ ਕਰਨੀ ਹੈ ਇਟ ਇਜ਼ ਆਰਗਿਊ ਡੈਟ ਤੋਂ ਸਟਾਰਟ ਕਰ ਲਈ ਆਪਾਂ ਪਹਿਲਾਂ ਰੀਫਰੇਸ ਕਰਤਾ ਦੈਨ ਅੱਗੇ ਆਪਾਂ ਆਪਣੀ ਥੀਸਿਸ ਸਟੇਟਮੈਂਟ ਲਿਖਤੀ ਵੀ ਆਈ ਪਾਰਸ਼ਲੀ ਡਿਸਐਗਰੀ ਦੈਨ ਅੱਗੇ ਆਪਾਂ ਕੀ ਕੀਤਾ ਰਾਜੇ ਟੂ ਬਿਗਿਨ ਵਿਦ ਬੀਪੀ 1 ਸਟਾਰਟ ਕੀਤਾ ਟੂ ਬਿਗਿਨ ਵਿਦ ਆਪਣਾ ਜਿਹੜਾ ਕਨੈਕਟਰ ਸੀ ਜਿਹੜਾ ਵਰਡ ਸੀ ਉਹ ਆਪਾਂ ਯੂਜ਼ ਕੀਤਾ ਦੈਨ ਆਪਾਂ ਕੀ ਲਿਖਿਆ ਰਾਜੇ ਆਪਣੀ ਬੋਡੀ ਸਟੇਟਮੈਂਟ 1 ਲਿਖੀ ਕਿ ਦੇਰ ਆਰ ਮੈਨੀ ਰੀਜ਼ਨਸ ਵੀ ਬਹੁਤ ਸਾਰੇ ਰੀਜ਼ਨ ਆ ਸਟੇਟਮੈਂਟ ਦੇ ਪਿੱਛੇ ਕਿ ਕਿਉਂ ਜਿਹੜੇ ਦੋਨੋਂ ਜੈਂਡਰਸ ਉਹ ਇਕੁਅਲੀ ਕੰਮ ਕਰਦੇ ਨੇ ਦੈਨ ਆਪਾਂ ਆਪਣਾ ਰੀਜ਼ਨ ਦੱਸਿਆ ਰੀਜ਼ਨ ਦੱਸਣ ਤੋਂ ਬਾਅਦ ਰਾਜੇ ਆਪਾਂ ਐਗਜ਼ਾਮਪਲ ਦਿੱਤੀ ਟੂ ਐਪੀਟੋਮ ਐਪੀਟੋਮ ਯੂਜ਼ ਕਰ ਲਿਆ ਦੈਨ ਅੱਗੇ ਉਹਦਾ ਆਪਾਂ ਰਿਜ਼ਲਟ ਦੱਸਤਾ ਵੀ ਹੈਂਸ ਜਿਹੜੀਆਂ ਵੂਮਨ ਨੇ ਉਹ ਵੀ ਇੱਕ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ ਆਪਣੀ ਇੰਟਰੋ ਤੇ ਬੀਪੀ 1 ਕੰਪਲੀਟ ਹੋ ਗਿਆ ਹੁਣ ਨੈਕਸਟ ਰਾਜੇ ਪਾਰਟ ਕੀ ਸੀਗਾ ਆਪਣਾ ਬੀਪੀ 2 ਦਾ ਬੀਪੀ 2 ਦੇ ਵਿੱਚ ਆਪਾਂ ਇਹ ਸਟੇਟਮੈਂਟ ਕੌਂਟਰਾਡਿਕਟ ਕਰਦੀ ਸੀ ਉੱਥੇ ਆਪਾਂ ਹਾਊ ਐਵਰ ਪਾ ਕੇ ਲਿਖਤਾ ਆਪਾਂ ਆਪਣਾ ਰੀਜ਼ਨ ਦੱਸਿਆ ਬੋਡੀ ਸਟੇਟਮੈਂਟ 2 ਦੱਸੀ ਵੀ ਬਹੁਤ ਸਾਰੇ ਰੀਜ਼ਨਸ ਕਰਕੇ ਅਸੀਂ ਇਹਨੂੰ ਡਿਸਅਪਰੂਵ ਕਰਦੇ ਹਾਂ ਉਹਦੇ ਵਿੱਚ ਆਪਾਂ ਉਹ ਰੀਜ਼ਨ ਐਕਸਪਲੇਨ ਕਰਤਾ ਜਿਹਦਾ ਫਸਟ ਐਂਡ ਫੋਰਮੋਸਟ ਇਜ਼ ਕਿ ਇਹ ਰੀਜ਼ਨ ਸੀਗਾ ਤੁਹਾਡਾ ਉਹ ਰੀਜ਼ਨ ਐਕਸਪਲੇਨ ਕਰਿਆ ਦੈਨ ਕਨੈਕਟਰ ਯੂਜ਼ ਕੀਤਾ ਲਾਸਟ ਬਟ ਨਾਟ ਲੀਸਟ ਇਹ ਕਨੈਕਟਰ ਯੂਜ਼ ਕਰਕੇ ਆਪਾਂ ਫਿਰ ਇੱਕ ਹੋਰ ਰੀਜ਼ਨ ਦੱਸਤਾ ਕਿ ਵੂਮਨਸ ਬਾਰੇ ਇਦਾਂ ਦੇਖਿਆ ਜਾਂਦਾ ਇਦਾਂ ਸੋਚਿਆ ਜਾਂਦਾ ਕਿਉਂਕਿ ਉਹ ਸਿਰਫ ਕੁਝ ਕੁ ਜੋਬ ਕਰ ਸਕਦੀਆਂ ਨੇ ਉਸ ਤੋਂ ਬਾਅਦ ਰਾਜੇ ਆਪਾਂ ਕੀ ਕੀਤਾ ਇਹਦਾ ਰਿਜ਼ਲਟ ਮੈਂਸ਼ਨ ਕਰਤਾ ਹੈਂਸ ਨੀਡਲੈਸ ਟੂ ਸੇ ਆਲ ਦੀਸ ਵਿਊ ਪੁਆਇੰਟਸ ਸਟੈਂਡ ਇਨ ਅ ਗੁੱਡ ਸਟੈਡ ਵੀ ਜਿਹੜੇ ਵਿਊ ਪੁਆਇੰਟਸ ਨੇ ਇਹ ਵੀ ਇੱਕ ਵਧੀਆ ਤਰੀਕੇ ਦੇ ਨਾਲ ਕਿਤੇ ਖੜਦੇ ਨੇ ਕਿਤੇ ਸਟੈਂਡ ਕਰਦੇ ਨੇ ਹੁਣ ਨੈਕਸਟ ਦੇ ਵਿੱਚ ਆਪਾਂ ਕੀ ਦੱਸਿਆ ਰਾਜੇ ਆਪਾਂ ਕਨਕਲੂਜ਼ਨ ਮੈਂਸ਼ਨ ਕਰਤਾ ਕਿ ਇਨ ਕਨਕਲੂਜ਼ਨ ਦੇਰ ਆਰ ਐਂਪਲ ਆਫ ਰੀਜ਼ਨਸ ਵਿਚ ਜਸਟੀਫਾਈਡ ਐਟ ਆਲ ਜੋਬਸ ਆਰ ਨੋਟ ਸੂਟੇਬਲ ਫਾਰ ਵੂਮਨ ਟੂ ਡੂ ਵੀ ਬਹੁਤ ਸਾਰੇ ਰੀਜ਼ਨਸ ਨੇ ਕਿ ਜਿਹੜੀਆਂ ਸਾਰੀਆਂ ਜੋਬਸ ਨੇ ਉਹ ਵੂਮਨਸ ਵਾਸਤੇ ਸੂਟੇਬਲ ਨਹੀਂ ਹੈਗੀਆਂ ਸੋ ਪ੍ਰੋਪਰਲੀ ਆਪਾਂ ਦੇਖਿਆ ਰਾਜੇ ਸਾਰੀ ਵੀਡੀਓ ਦੇ ਵਿੱਚ ਪਹਿਲਾਂ ਆਪਾਂ ਦੇਖਿਆ ਇੰਟਰੋਡਕਸ਼ਨ ਤੇ ਬੋਡੀ ਸਟਰਕਚਰ ਦੇਖਿਆ ਫਿਰ ਆਪਾਂ ਕੀ ਕਰਿਆ ਇੰਟਰੋਡਕਸ਼ਨ ਕਿਸ ਤਰ੍ਹਾਂ ਲਿਖੀ ਜਾਂਦੀ ਆ ਦੈਨ ਆਪਾਂ ਦੇਖਿਆ ਕਿ ਇੰਟਰੋ ਨੂੰ ਲਿਖਣਾ ਕਿਸ ਵੇ ਦੇ ਨਾਲ ਦੈਨ ਆਪਾਂ ਦੇਖਿਆ ਬੋਡੀ ਪੈਰਾਗ੍ਰਾਫ 1 ਦਾ ਸਟਰਕਚਰ ਕਿ ਕਿਸ ਤਰ੍ਹਾਂ ਲਿਖਣਾ ਗਾ ਕੀ ਉਹ ਚ ਯੂਜ਼ ਕਰਨਾ ਦੈਨ ਆਪਾਂ ਦੇਖਿਆ ਰਾਜੇ ਕਿ ਬੀਪੀ 1 ਨੂੰ ਸਟਾਰਟ ਕਿਸ ਤਰ੍ਹਾਂ ਕਰ ਸਕਦੇ ਹਾਂ ਟੂ ਇਨੀਸ਼ੀਅਲ ਫਸਟ ਆਫ ਆਲ ਇਹ ਯੂਜ਼ ਕਰਕੇ ਅੱਗੇ ਆਪਾਂ ਕੀ ਦੇਖਿਆ ਰਾਜੇ ਕਿ ਜਿਹੜੇ ਟਾਸਕ ਦੇ ਵਿੱਚ ਆਪਾਂ ਯੂਜ਼ ਕਰਦੇ ਸੀਗੇ ਟੂ ਕਮੈਂਸ ਵਿਦ ਟਾਸਕ ਸਟੇਟਮੈਂਟ ਇਹਦੇ ਨਾਲ ਲਿਖ ਸਕਦੇ ਹਾਂ ਐਕਸਪਲੇਨੇਸ਼ਨ ਵਾਸਤੇ ਆ 4 ਵਰਡਸ ਯੂਜ਼ ਕਰ ਸਕਦੇ ਹਾਂ ਅੱਗੇ ਉਸ ਤੋਂ ਬਾਅਦ ਕੀ ਦੇਖਿਆ ਰਾਜੇ ਆਪਾਂ ਮੇਨ ਆਪਣੇ 4 ਪੁਆਇੰਟ ਸੀਗੇ ਉਸ ਤੋਂ ਬਾਅਦ ਜਿਹੜਾ ਰਾਜੇ ਆਪਣਾ ਪੁਆਇੰਟ ਸੀਗਾ ਮੈਂ ਤੁਹਾਨੂੰ ਇੱਕ ਸਟੇਟਮੈਂਟ ਸੀਗੀ ਜਿਹੜੀ ਉਹ ਪ੍ਰੋਪਰ ਮੈਂਸ਼ਨ ਕਰਵਾਤੀ ਇੱਥੇ ਪ੍ਰੋਪਰ ਸਟੇਟਮੈਂਟ ਜਿਹੜੀ ਤੁਹਾਨੂੰ ਮੈਂ ਸਮਝਾਤੀ ਕਿ ਹਾਂਜੀ ਇਸ ਤਰ੍ਹਾਂ ਇਹ ਚੀਜ਼ ਹੁੰਦੀ ਹੈਗੀ ਉਹਦੇ ਵਿੱਚ ਆਪਾਂ ਕੀ ਕਰਿਆ ਰਾਜੇ ਸਾਰੀਆਂ ਤੁਸੀਂ ਦੇਖੋ ਧਿਆਨ ਦੇ ਨਾਲ ਇੰਟਰੋਡਕਸ਼ਨ ਤੋਂ ਲੈ ਕੇ ਸਾਰੇ ਆਪਾਂ ਵੇਜ਼ ਪਲੱਸ ਤੁਹਾਨੂੰ ਇੱਕ ਸੈਂਪਲ ਆਨਸਰ ਵੀ ਮੈਂ ਦਿੱਤਾ ਉਹਦੇ ਨਾਲ ਕਿ ਕਿਸ ਤਰ੍ਹਾਂ ਆਪਾਂ ਇਹ ਵਰਡਸ ਆ ਜਿਹੜੇ ਇਹਨਾਂ ਨੂੰ ਯੂਜ਼ ਕਰਕੇ ਇੱਕ ਟਾਸਕ 2 ਲਿਖ ਸਕਦੇ ਹਾਂ ਪ੍ਰੋਪਰ ਵੇ ਦੇ ਵਿੱਚ ਸੋ ਇਹ ਟਾਸਕ 2 ਮੈਂ ਤੁਹਾਨੂੰ ਸੈਂਪਲ ਆਨਸਰ ਵੀ ਦਿੱਤਾ ਪ੍ਰੋਪਰਲੀ ਐਕਸਪਲੇਨ ਕੀਤਾ ਇਹਦੇ ਵਿੱਚ ਦੈਨ ਬੀਪੀ 1 ਸੀਗਾ ਬੀਪੀ 2 ਤੇ ਉਹਦਾ ਕਨਕਲੂਜ਼ਨ ਵੀ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਆਪਾਂ ਲਿਖਣਾ ਆ ਤੁਹਾਨੂੰ ਦੱਸਿਆ ਸੀਗਾ ਵੀ ਪ੍ਰੋਬਲਮ ਵਾਲੇ ਆ ਕਿ ਕੰਟਰਾਡਿਕਟ ਕਰਦੇ ਉੱਥੇ ਆਪਾਂ ਵਰਡ ਯੂਜ਼ ਕਰਕੇ ਲਿਖ ਸਕਦੇ ਹਾਂ ਸੋ ਇਹ ਕੰਪਲੀਟ ਇੱਕ ਤੁਹਾਨੂੰ ਸਟਰਕਚਰ ਪ੍ਰੋਵਾਈਡ ਕਰਤਾ ਰਾਜੇ ਮੈਂ ਸਟਰਕਚਰ ਦੇ ਮੀਨ ਟੂ ਸੇ ਕਿ ਤੁਹਾਨੂੰ ਸਾਰਾ ਕੁਝ ਐਕਸਪਲੇਨ ਕਰਤਾ ਸਟਾਰਟਿੰਗ ਤੋਂ ਲੈ ਕੇ ਕਿ ਕੀ ਸਟਰਕਚਰ ਆ ਕਿੱਥੇ ਤੱਕ ਆਪਾਂ ਉਹਨੂੰ ਕਿਵੇਂ ਯੂਜ਼ ਕਰਕੇ ਲਿਖ ਸਕਦੇ ਹਾਂਗੇ ਇਹ ਵੀਡੀਓ ਰਾਜੇ ਤੁਸੀਂ ਧਿਆਨ ਨਾਲ ਇਹ ਸਟਰਕਚਰ ਆ ਜਿਹੜਾ ਇਹ ਪੈਟਰਨ ਹੈ ਇਹਨੂੰ ਫੋਲੋ ਕਰੋਗੇ ਤਾਂ ਤੁਹਾਡੇ ਕਦੇ ਵੀ ਰਾਜੇ ਐਗਜ਼ਾਮੀਨਰ ਜੇ ਤੁਸੀਂ ਸਾਰੇ ਪੁਆਇੰਟਸ ਆ ਜਿਹੜੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਮੈਂਸ਼ਨ ਕਰ ਰਿਹਾ ਜੇ ਸਾਰੇ ਪੁਆਇੰਟਸ ਤੁਸੀਂ ਮੈਂਸ਼ਨ ਕਰ ਰਹੇ ਹੋ ਤਾਂ ਤੁਹਾਡੇ ਕਦੇ ਵੀ ਜਿਹੜੇ ਬੈਂਡ ਸਕੋਰ ਉਹ ਡਿਡਕਟ ਨਹੀਂ ਹੋਣਗੇ ਕਿਉਂਕਿ ਤੁਸੀਂ ਪ੍ਰੋਪਰਲੀ ਐਕਸਪਲੇਨ ਕਰਤਾ ਸਾਰੇ ਟਾਸਕ ਨੂੰ ਹੁਣ ਐਗਜ਼ਾਮੀਨਰ ਆਪਾਂ ਤੋਂ ਮੰਗਦੇ ਕੀ ਆ ਕਿ ਬੱਚਾ ਪ੍ਰੋਪਰ ਐਕਸਪਲੇਨ ਕਰੇ ਪ੍ਰੋਪਰ ਰੀਜ਼ਨਸ ਦੱਸੇ ਸੋ ਇਹ ਕੰਪਲੀਟ ਵੀਡੀਓ ਦੇ ਵਿੱਚ ਰਾਜੇ ਤੁਹਾਨੂੰ ਮੈਂ ਸਾਰਾ ਏ ਟੂ ਜ਼ੈਡ ਸਮਝਾਤਾ ਕਿ ਕਿਸ ਤਰ੍ਹਾਂ ਆਪਾਂ ਕਿਹੜੀ ਚੀਜ਼ ਨੂੰ ਯੂਜ਼ ਕਰ ਸਕਦੇ ਹਾਂਗੇ ਹੁਣ ਮੇਰੀਆਂ ਹੋਰ ਵੀਡੀਓਜ਼ ਰਾਜੇ ਟਾਸਕ 1 ਦੇ ਉੱਪਰ ਵੀ ਵੀਡੀਓਜ਼ ਅਪਲੋਡ ਕਰਾਂਗੇ ਟਾਸਕ 2 ਦੇ ਉੱਤੇ ਵੀ ਅਪਲੋਡ ਕਰਾਂਗੇ
ਫੋਰ ਮੋਰ ਵੀਡੀਓਜ਼ ਸਟੇ ਟਿਊਨਡ ਐਂਡ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤੁਹਾਨੂੰ ਮੇਰੀ ਵੀਡੀਓਜ਼ ਦੇ ਵਿੱਚ ਇਨਫੋਰਮੇਸ਼ਨ ਮਿਲਦੀ ਆ ਕੋਈ ਤੁਹਾਨੂੰ ਵਧੀਆ ਅਪਡੇਟ ਮਿਲਦਾ ਤੁਹਾਨੂੰ ਹੈਲਪ ਮਿਲਦੀ ਆ ਤੁਹਾਡੀ ਸਟੱਡੀ ਦੇ ਵਿੱਚ ਤਾਂ ਤੁਸੀਂ ਮੇਰੀਆਂ ਵੀਡੀਓਜ਼ ਨੂੰ ਪਲੀਜ਼ ਜ਼ਰੂਰ ਸ਼ੇਅਰ ਕਰਿਆ ਕਰੋ ਐਂਡ ਫੋਰ ਮੋਰ ਵੀਡੀਓਜ਼ ਸਟੇ ਟਿਊਨਡ ਥੈਂਕ ਯੂ।